ਖਾਲਸਾ ਵਾਹਿਗੁਰੂ ਜੀ ਕੇ ਫਤਿਹ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗਦੀ ਜੋਤ ਦਸ ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਅਤਿਅੰਤ ਕਿਰਪਾ ਰਹਿਮਤ ਸਦਕਾ ਆਪ ਸਤਸੰਗਤ ਵਿੱਚ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ। ਅੰਤਰਜਾਮੀ ਵਾਹਿਗੁਰੂ ਜੀ ਨੇ ਸੁਭਾਗ ਬਖਸ਼ਿਆ ਹੈ ਪੰਥ ਵਾਲੀ ਸਤਿਗੁਰੂ ਜੀ ਦੇ ਮਹਾਨ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਆਪ ਦਰਸ਼ਨ ਦੀਦਾਰ ਕਰ ਰਹੇ ਹੋ। ਵੱਡੇ ਭਾਗ ਹਨ ਸਤਿਗੁਰੂ ਦੇ ਪਾਵਨ ਤਖ਼ਤ ਦੀ ਯਾਤਰਾ ਕਰਦਿਆਂ ਹੋਇਆਂ ਆਪ ਗੁਰਬਾਣੀ ਕੀਰਤਨ ਸਰਵਣ ਕਰਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਕਥਾ ਦੇ ਸੁਣਨ ਵਾਸਤੇ ਬੜੇ ਪਿਆਰ ਸ਼ਰਧਾ ਨਾਲ ਸਜ ਬੈਠੇ ਹੋ। ਸਤਸੰਗੀ ਜਨ ਜੋ ਰੋਜ਼ ਦੇ ਨਿਯਮ ਨਾਲ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਦੇ ਹੈ ਬੜੇ ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਨੂੰ ਸਰਵਣ ਕਰਨ ਵਾਸਤੇ ਹਜ਼ੂਰ ਦੇ ਪਾਵਨ ਦਰਬਾਰ ਅੰਦਰ ਸਜ ਬੈਠੇ ਨੇ। ਆਓ ਪਿਆਰ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਮਹਲਾ ਤੀਜਾ। ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਰਾਗ ਮਾਝ ਅੰਦਰ ਆਪਣੀ ਪਰਮ ਪਵਿੱਤਰ ਰਸਨਾ ਤੋਂ ਮਹਾਰਾਜ ਜੀ ਅੰਮ੍ਰਿਤ ਸਿੱਖਿਆ ਬਖਸ਼ਿਸ਼ ਕਰਦੇ ਹੈ। ਧੰਨ ਸੱਚੇ ਪਾਤਸ਼ਾਹ ਸੂਰਬੀਰ ਬਚਨ ਕੇ ਬਲੀ ਜਿਨ੍ਹਾਂ ਨੇ ਆਪਣੇ ਬਚਨਾਂ ਕਰਕੇ ਕਾਲ ਹੀ ਬੰਨ ਦਿੱਤਾ ਸੀਗਾ ਗੋਇੰਦਵਾਲ ਸਾਹਿਬ ਦੇ ਅੰਦਰ। ਸਤਿਗੁਰੂ ਜੀ ਨੇ
ਇਹ ਬਚਨ ਕੀਤੇ ਸੀ ਕਿ ਜਿੰਨਾ ਚਿਰ ਗੁਰਿਆਈ ਤਖ਼ਤ 'ਤੇ ਅਸੀਂ ਬਿਰਾਜਮਾਨ ਹਾਂ ਸਰੀਰ ਕਰਕੇ, ਗੋਇੰਦਵਾਲ ਸਾਹਿਬ ਦੇ ਅੰਦਰ ਕੋਈ ਪੁਰਾਣੀ ਚੜ੍ਹਾਈ ਨਹੀਂ ਕਰੇਗਾ। ਬਿਰਧ ਮਾਤਾ ਦਾ ਮਰਿਆ ਪੁੱਤਰ ਜਿਉਂਦਾ ਕੀਤਾ, ਐਸਾ ਬਚਨ ਆਪਣੇ ਸ਼੍ਰੀ ਕੰਠ ਤੋਂ ਕਿਹਾ। ਇਤਿਹਾਸ ਨੇ ਕਿਹਾ ਕਿ ਸਤਿਗੁਰੂ ਜੀ ਦੇ ਐਸਾ ਬਚਨ ਕਹਿਣ ਤੋਂ ਕਿਸੇ ਪ੍ਰਾਣੀ ਨੇ ਤਾਂ ਕੀ ਚੜ੍ਹਾਈ ਕਰਨਾ ਸੀ, ਕੋਈ ਪਸ਼ੂ ਪੰਛੀ ਵੀ ਗੋਇੰਦਵਾਲ ਸਾਹਿਬ ਦੇ ਅੰਦਰ ਚੜ੍ਹਾਈ ਨਹੀਂ ਸੀ ਕੀਤਾ। ਮਹਾਰਾਜ ਨੇ ਕਾਲ ਹੀ ਬੰਨ੍ਹ ਦਿੱਤਾ ਸੀ ਸੱਚੇ ਪਾਤਸ਼ਾਹ ਨੇ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦੀ ਬਾਬਤ ਜਲਨ ਭੱਟ ਜੀ ਨੇ ਕਿਹਾ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਆਪਾਸ ਬਣਾਇਓ। ਗੋਇੰਦਵਾਲ ਨੂੰ ਸੱਚੇ ਪਾਤਸ਼ਾਹ ਆਪ ਨੇ ਗੋਬਿੰਦਪੁਰੀ ਬਣਾ ਦਿੱਤਾ, ਸੱਚਖੰਡ ਬਣਾ ਦਿੱਤਾ, ਜਿੱਥੇ ਕੋਈ ਮਰੇ ਨਾ ਸਤ ਸੰਗਤ ਜੀ ਉਹਨੂੰ ਸੱਚਖੰਡ ਹੀ ਕਹਿੰਦੇ ਆ। ਐਸੀ ਆਪ ਦੀ ਵਸਾਈ ਹੋਈ ਪਵਿੱਤਰ ਨਗਰੀ ਚੌ ਵਰਨਾਂ ਦੇ ਲੋਕ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਕੇ ਨਿਹਾਲ ਹੁੰਦੇ। ਸੱਚੇ ਪਾਤਸ਼ਾਹ ਜੀ ਮਨੁੱਖਾਂ ਨੂੰ ਗਰੀਬ ਨਵਾਜ ਜੀ ਐਸਾ ਉਪਦੇਸ਼ ਦਿੰਦੇ ਹੈ ਕਿ ਜੀਵ ਆਪਣੇ ਅੰਦਰੋਂ ਦਵੈਤ ਨੂੰ ਛੱਡ ਕਰਕੇ ਪਰਮੇਸ਼ਰ ਦੇ ਪਿਆਰ ਵਿੱਚ ਬੜੇ ਹੀ ਨਿਮਗਨ ਹੁੰਦੇ ਹੈ। ਸਤਿਗੁਰੂ ਦਾ ਦਰਸ਼ਨ ਹੀ ਐਸਾ ਕਿ ਦਰਸ਼ਨ ਵੇਖ ਕੇ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਉਹਦੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਦੇ ਦੁਆਲੇ ਸਿੱਖ ਇਉਂ ਇਕੱਠੇ ਹੋਏ ਰਹਿੰਦੇ ਹੈ ਜਿਵੇਂ ਸਾਧ ਸੰਗਤ ਜੀ ਚੰਦਰਮਾ ਪਰਵਾਰਿਆ ਹੁੰਦਾ ਹੈ। ਹਜ਼ੂਰ ਤਖ਼ਤ 'ਤੇ ਬੈਠਦੇ ਹੈ ਤਾਂ ਵੀ ਆਕਰਸ਼ਿਤ ਹੋਏ ਸਿੱਖ ਮਹਾਰਾਜ ਵੱਲ ਤੱਕਦੇ ਰਹਿੰਦੇ ਹੈ। ਜੇ ਮਹਾਰਾਜ ਜੀ ਕੁਝ ਸਮਾਂ ਟਹਿਲਦੇ ਹੈ ਤਾਂ ਵੀ ਬਹੁਤ ਸਿੱਖ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਜਿਵੇਂ ਸਾਧ ਸੰਗਤ ਜੀ ਕੋਈ ਚੰਦਨ ਦੀ ਠੰਡਕ ਨੂੰ ਪ੍ਰਾਪਤ ਕਰਦਾ ਹੋਇਆ ਬਹੁਤ ਆਕਰਸ਼ਿਤ ਹੁੰਦਾ ਹੈ। ਇਉਂ ਸਤਿਗੁਰੂ ਜੀ ਤਾਂ ਮਹਾਰਾਜ ਉਸ ਚੰਦਨ ਦੀ ਵਾਂਗ ਹਨ, ਤਪਦੇ ਹਿਰਦਿਆਂ ਨੂੰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨਾਲ ਮਹਾਰਾਜ ਜੀ ਦੇ ਬਚਨਾਂ ਨਾਲ ਠੰਡਕ ਪ੍ਰਾਪਤ ਹੁੰਦੀ ਹੈ। ਇਸ ਕਰਕੇ ਬਹੁਤ ਪੁਰਾਣੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਜੀ ਦੇ ਹਰ ਸਮੇਂ ਕੋਲ ਰਹਿਣਾ ਪਸੰਦ ਕਰਦੇ ਹੈ। ਬੜੇ ਬੜੇ ਫਕੀਰ ਮੁਸਲਮਾਨ ਮਹਾਰਾਜ ਦਾ ਦਰਸ਼ਨ ਕਰਨ ਆਉਂਦੇ ਹੈ। ਬੜੇ ਬੜੇ ਐਸੇ ਸਨਾਤਨੀ ਮਤ ਦੇ ਮਹਾਤਮਾ ਸਤਿਗੁਰੂ ਜੀ ਦੇ ਕੋਲੋਂ ਆਤਮਕ ਸਰੂਪ ਦੀ ਬਾਬਤ ਪੁੱਛਦੇ ਹੈ। ਗੋਇੰਦਵਾਲ ਸਾਹਿਬ ਦੇ ਅੰਦਰ ਅਦੁੱਤੀ ਲੰਗਰ ਚੱਲਦਾ ਹੈ। ਇਹੋ ਜਿਹੇ ਆਤਮਕ ਖੋਜੀਆਂ ਦਾ ਬੜਾ ਵੱਡਾ ਤਾਂਤਾ ਲੱਗਾ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨਾਲ ਉਹਨਾਂ ਨੂੰ ਆਤਮਕ ਤਰੱਕੀ ਪ੍ਰਾਪਤ ਹੁੰਦੀ ਹੈ। ਹਜ਼ੂਰ ਤਖ਼ਤ 'ਤੇ ਸਜੇ ਬੈਠੇ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਤਾਂ ਸਤਿਗੁਰੂ ਜੀ ਸਭ ਪਦਾਰਥਾਂ ਦੇ ਦਾਤੇ ਹੋ, ਕੋਈ ਸੰਸਾਰ ਦੀ ਇਹੋ ਜਿਹੀ ਚੀਜ਼ ਨਹੀਂ ਪਦਾਰਥ ਨਹੀਂ ਜਿਹੜਾ ਮਹਾਰਾਜ ਤੁਹਾਡੇ ਕੋਲੋਂ ਪ੍ਰਾਪਤ ਨਹੀਂ ਹੋ ਸਕਦਾ। ਆਪ
ਵੱਡੀ ਨਾਮ ਦੀ ਦਾਤ ਦੇਣ ਦੇ ਸਮਰੱਥ ਹੋ ਸੱਚੇ ਪਾਤਸ਼ਾਹ। ਮਹਾਰਾਜ, ਜਿਹੜੇ ਜੀਵ ਆਪ ਜੀ ਦੇ ਦਰ 'ਤੇ ਵੀ ਆ ਕਰਕੇ ਕੁਝ ਪ੍ਰਾਪਤ ਨਹੀਂ ਕਰ ਸਕਦੇ ਜਾਂ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ, ਉਹਦਾ ਮਹਾਰਾਜ ਕੀ ਕਾਰਨ ਹੈ? ਕਿਉਂਕਿ ਗੁਰੂ ਘਰ ਆ ਕੇ ਵੀ ਕਈ ਨਾ ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦੇ ਆ, ਸਤਿਗੁਰੂ ਜੀ ਦੇ ਘਰ ਦੇ ਨਿਯਮ ਮੁਤਾਬਕ ਨਹੀਂ ਚੱਲਦੇ, ਉਹ ਆਪਣੀਆਂ ਆਪ ਹੁਦਰੀਆਂ ਦੇ ਮੁਤਾਬਕ ਹੀ ਕਰਦੇ ਰਹਿੰਦੇ ਆ। ਅਤੇ ਜਿਹੜਾ ਸੱਚੇ ਪਾਤਸ਼ਾਹ ਜੀ ਤੋਂ ਫਿਰ ਕੁਝ ਲੈ ਨਹੀਂ ਸਕਦਾ, ਉਹਦਾ ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਸਭ ਦਾਤਾਂ ਨੇ। ਮਹਾਰਾਜ ਨੇ ਕਿਹਾ ਹੀ ਹੈ ਨਾ ਕਿ ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵ, ਸਭ ਕੁਝ ਹੀ ਹੈ ਮਹਾਰਾਜ ਦੇ ਘਰ ਦੇ ਅੰਦਰ। ਪਰ ਕਾਰਨ ਕੀ ਹੈ ਕਿ ਜਿਹੜੇ ਜੀਵ ਲੈ ਹੀ ਨਹੀਂ ਪਾਉਂਦੇ? ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਾਰਨ ਦੱਸਦੇ ਆ ਸਤਿਗੁਰੂ ਜੀ, ਅਤੇ ਗੁਰੂ ਸਾਹਿਬ ਕਿਹੜੀਆਂ ਕਿਹੜੀਆਂ ਦਾਤਾਂ ਦਿੰਦੇ ਆ ਇਹ ਮਹਾਰਾਜ ਜੀ ਜ਼ਿਕਰ ਕਰਨਗੇ। ਪਿਆਰ ਨਾਲ ਸਰਵਣ ਕਰੀਏ। ਆਪ ਵੰਜਾਏ ਤਾਂ ਸਭ ਕੁਛ ਪਾਏ। ਮਹਾਰਾਜ ਕਹਿੰਦੇ ਨੇ ਗੁਰਸਿੱਖੋ, ਇਹ ਜੀਵ ਜਿਹੜੇ ਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਆਪਣਾ ਆਪਾ ਨਹੀਂ ਨਾ ਗਵਾਉਂਦੇ, ਹੰਕਾਰ ਨਹੀਂ ਗਵਾਉਂਦੇ, ਇਸ ਕਰਕੇ ਕੁਝ ਵੀ ਪ੍ਰਾਪਤ ਨਹੀਂ ਕਰ ਪਾਉਂਦੇ। ਜਿਹੜਾ ਸਤਿਗੁਰੂ ਜੀ ਦੇ ਕੋਲ ਆ ਕਰਕੇ ਆਪਣਾ ਆਪ ਜਨਾਉਣਾ ਕਿ ਮੈਂ ਕੀਤਾ, ਮੈਂ ਕਰਨ ਵਾਲਾ, ਮੈਂ ਕਰਾਂਗਾ, ਇਹ ਸਾਧ ਸੰਗਤ ਜੀ ਹੰਕਾਰ ਦਾ ਵਾਚਕ ਹੈ। ਸਤਿਗੁਰੂ ਜੀ ਕਹਿੰਦੇ ਭਾਈ ਪੂਰੇ ਗੁਰੂ ਦੇ ਕੋਲ ਆ ਕਰਕੇ ਸਿੱਖੋ, ਜਿਹੜਾ ਹੰਕਾਰ ਨੂੰ ਨਹੀਂ ਵਜਾਉਂਦਾ ਭਾਵ ਗਵਾਉਂਦਾ, ਆਪਣੇ ਅੰਦਰੋਂ ਹੰਗਤਾ ਨੂੰ, ਹੰਕਾਰ ਨੂੰ ਮਹਾਰਾਜ ਕਹਿੰਦੇ ਭਾਈ ਨਾਸ਼ ਨਹੀਂ ਕਰਦਾ, ਫਿਰ ਉਹਨੂੰ ਗੁਰੂ ਜੀ ਦੇ ਕੋਲੋਂ ਕੋਈ ਪਦਾਰਥ ਪ੍ਰਾਪਤ ਨਹੀਂ ਹੁੰਦਾ ਹੈ, ਸਤਿਗੁਰੂ ਦੇ ਕੋਲੋਂ ਬਖਸ਼ਿਸ਼ ਲੈ ਨਹੀਂ ਪਾਉਂਦਾ ਹੈ। ਜੇ ਆਪਣਾ ਆਪ ਅੰਦਰੋਂ ਗਵਾ ਦੇਵੇ, ਹੰਕਾਰ ਨੂੰ ਨਾਸ਼ ਕਰ ਦੇਵੇ, ਤੇ ਫਿਰ ਮਹਾਰਾਜ ਕਹਿੰਦੇ ਇੱਕ ਦਾਤ ਨਹੀਂ ਤਾਂ ਸਭ ਕੁਛ ਪਾਏ। ਸਾਰੀਆਂ ਹੀ ਦਾਤਾਂ ਗੁਰੂ ਸਾਹਿਬ ਦੇ ਕੋਲੋਂ ਲੈ ਕਰਕੇ ਸਿੱਖ ਨਿਹਾਲ ਹੋ ਜਾਂਦਾ। ਮਹਾਰਾਜ ਕੋਈ ਫਿਰ ਸੱਚੇ ਪਾਤਸ਼ਾਹ ਜੀ ਲੁਕਾ ਕੇ ਰੱਖਦੇ ਹੀ ਨਹੀਂ ਕੁਝ ਵੀ ਪਦਾਰਥ, ਸਾਰੀਆਂ ਮਹਾਰਾਜ ਰਿਧੀਆਂ ਦੇ ਦਿੰਦੇ ਹੈ, ਸਿੱਧੀਆਂ ਦੇ ਦਿੰਦੇ ਹੈ, ਨਿਧੀਆਂ ਦੇ ਦਿੰਦੇ ਹੈ। ਸੱਚੇ ਪਾਤਸ਼ਾਹ ਰਸਨਾ 'ਤੇ ਇੰਨੀ ਸ਼ਕਤੀ ਬਖਸ਼ ਦਿੰਦੇ ਹੈ ਕਿ ਸਿੱਖ ਜੋ ਰਸਨਾ ਤੋਂ ਕਵੇ ਉਹ ਤਤਕਾਲ ਸੱਤ ਹੋ ਜਾਂਦਾ ਹੈ। ਇਹੋ ਜਿਹੀਆਂ ਸੱਚੇ ਪਾਤਸ਼ਾਹ ਜੀ ਬੇਅੰਤ ਬਖਸ਼ਿਸ਼ਾਂ ਕਰ ਦਿੰਦੇ ਹੈ, ਹਿਰਦੇ ਦੇ ਅੰਦਰ ਮਹਾਰਾਜ ਜੀ ਸਰੂਪ ਦਾ ਪ੍ਰਕਾਸ਼ ਕਰ ਦਿੰਦੇ ਹੈ, ਸਦਾ ਲਈ ਸੁੱਖ ਦਾ ਅਨੁਭਵ ਹੋ ਆਉਂਦਾ ਹੈ, ਡਾਮਾਡੋਲ ਸਥਿਤੀ ਮੁੱਕ ਜਾਂਦੀ ਹੈ, ਇੱਕ ਵਾਹਿਗੁਰੂ ਦਾ ਸਰੂਪ ਸਭ ਦੇ ਅੰਦਰ ਦਿਸਣ ਲੱਗ ਪੈਂਦਾ ਹੈ, ਦੁਆਇਤ ਮੁੱਕ ਜਾਂਦੀ ਹੈ। ਇਹ ਸਤਿਗੁਰੂ ਜੀ ਦਾਤਾਂ ਦੇ ਸਕਦੇ ਆ, ਕੋਈ ਹੋਰ ਨਹੀਂ ਦੇ ਸਕਦਾ, ਭੰਡਾਰੇ ਹੀ ਭਰੇ ਪਏ ਹੈ। ਪਰ ਗੱਲ ਕੀ ਹੈ ਕਿ ਜੀਵ ਦੇ ਆਪਣੇ ਲੈਣ ਵਿੱਚ ਫਰਕ ਹੋਇਆ ਨਾ, ਲੈ ਨਹੀਂ ਪਾਉਂਦਾ। ਸੱਚੇ ਪਾਤਸ਼ਾਹ ਦੇ ਦੁਆਰੇ 'ਤੇ ਆਈਏ, ਨਿਮਰਤਾ ਨਾ ਰੱਖੀਏ, ਮਹਾਰਾਜ ਜੀ ਦੇ ਘਰ ਦੇ ਨਿਯਮਾਂ ਦੇ ਅਨੁਸਾਰ ਨਾ ਚੱਲੀਏ, ਆਪਣੇ ਬਣਾਏ ਹੋਏ ਸਾਧ ਸੰਗਤ ਜੀ ਝੂਠੇ ਨਿਯਮਾਂ ਮੁਤਾਬਕ ਹੀ ਤੁਰੇ ਰਹੀਏ, ਗੁਰੂ ਕੀ ਸੰਗਤ ਦਾ ਅਦਬ ਨਾ ਕਰੀਏ,
ਜੇ ਗੁਰੂ ਘਰ ਮਾਇਆ ਭੇਟ ਕੀਤੀ ਹੈ ਤਾਂ ਬਹੁਤ ਸਾਰਾ ਆਪਣਾ ਆਪਾ ਜਣਾਈਏ ਕਿ ਇਹ ਮੈਂ ਭੇਟ ਕੀਤੀ ਹੈ, ਇਹ ਦਾਨ ਮੈਂ ਕੀਤਾ ਹੈ, ਬਹੁਤ ਸਾਰਾ ਇਹ ਹੰਕਾਰ ਵੱਧਦਾ ਹੈ ਇਹਨਾਂ ਸਾਰੇ ਕਰਮਾਂ ਕਰਕੇ। ਜਿਵੇਂ ਜਿਵੇਂ ਵੇਖ ਲਓ, ਭਾਵੇਂ ਗੁਰੂ ਘਰ ਰਹਿੰਦੇ ਹੈ, ਕਰਮ ਕਮਾਉਂਦੇ ਹੈ, ਪਰ ਸਤਸੰਗਤ ਜੀ ਹੰਕਾਰ ਦੂਣਾ ਵੱਧਦਾ ਚਲਿਆ ਜਾਂਦਾ ਹੈ। ਅਤੇ ਵੇਖ ਕਰਕੇ ਕਈ ਜਿਹੜੇ ਨਵੇਂ ਆ ਨਾ, ਉਹ ਬੜੇ ਹੈਰਾਨ ਹੁੰਦੇ ਹੈ ਕਿ ਵੇਖੋ ਗੁਰੂ ਘਰ ਵਿੱਚ ਰਹਿੰਦੇ ਹੈ ਫਿਰ ਵੀ ਇਹਨਾਂ 'ਤੇ ਗੁਰੂ ਸਾਹਿਬ ਦੇ ਉਪਦੇਸ਼ ਦਾ ਕੋਈ ਅਸਰ ਕਿਉਂ ਨਹੀਂ ਹੈ। ਅਤੇ ਫਿਰ ਉਹ ਸੋਚਦੇ, ਕਹਿੰਦੇ ਅਸੀਂ ਤਾਂ ਭਾਈ ਦੂਰ ਰਹਿੰਦੇ ਹਾਂ, ਸਾਡੀ ਤਾਂ ਗੱਲ ਕੀ ਹੈ, ਜੇ ਇਹ ਇੰਨੇ ਵਿਗੜੇ ਹੋਏ ਹੈ ਅਤੇ ਸਾਡੀ ਤਾਂ ਫਿਰ ਕੋਈ ਗੱਲ ਹੀ ਨਹੀਂ, ਸਾਨੂੰ ਵੀ ਕਰ ਲੈਣੇ ਚਾਹੀਦੇ ਇਹੋ ਜਿਹੇ ਕਰਮ। ਕਈ ਇਉਂ ਸੋਚ ਕਈ ਭਰਮੇ ਰਹਿੰਦੇ ਹੈ, ਪਰ ਗੁਰੂ ਅੰਸ਼ੇ ਨੂੰ ਨਹੀਂ ਜਾਣਦੇ ਹਨ ਕਿ ਗੁਰੂ ਸਾਹਿਬ ਦੇ ਕੋਲ ਤਾਂ ਰਹਿੰਦੇ ਹੈ ਪਰ ਸੇਵਾ ਦੀ ਹਉਮੇ ਨਹੀਂ ਛੱਡੀ ਹੈ। ਗੁਰੂ ਸਾਹਿਬ ਦੇ ਕੋਲ ਤਾਂ ਰਹਿੰਦੇ ਹੈ, ਕੋਲ ਰਹਿਣ ਦਾ ਹੀ ਮਾਣ ਪਾਈ ਜਾਂਦੇ ਹੈ ਕਿ ਸਾਡੇ ਕੋਲ ਤਾਂ ਅਸੀਂ ਸਤਿਗੁਰੂ ਦੇ ਕੋਲ ਰਹਿੰਦੇ ਹਾਂ, ਪਰ ਨਿਮਰਤਾ ਨਹੀਂ ਅੰਦਰ ਆਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਉਪਦੇਸ਼ ਦਿੱਤਾ ਸੀ। ਮਹਾਰਾਜ ਕਹਿੰਦੇ, ਖਾਲਸਾ ਜੀ, ਜਿਹੜਾ ਨਿਮਰੀ ਭੂਤ ਹੋ ਕਰਕੇ ਪਿਆਰ ਨਾਲ ਸਾਡੇ ਸਰੂਪ ਨੂੰ ਚਿਤ ਵਧਾਏ ਨਾ, ਤੇ ਸਾਨੂੰ ਅੰਤਰਜਾਮੀ ਜਾਣਦਾ ਹੈ। ਮਹਾਰਾਜ ਕਹਿੰਦੇ, ਉਹ ਸਾਡੇ ਵਿੱਚ ਹਰ ਸਮੇਂ ਅਭੇਦ ਰਹਿੰਦਾ, ਉਹ ਹਰ ਵੇਲੇ ਸਾਡੀ ਹਜ਼ੂਰੀ ਵਿੱਚ ਹੀ ਰਹਿੰਦਾ, ਅਸੀਂ ਉਹਦੇ ਕੋਲ ਰਹਿੰਦੇ ਹਾਂ। ਅਤੇ ਜਿਹੜਾ ਸਾਡੇ ਕੋਲ ਰਹਿੰਦਾ ਹੋਇਆ, ਮਹਾਰਾਜ ਕਹਿੰਦੇ ਭਾਈ, ਸਾਨੂੰ ਅੰਤਰਜਾਮੀ ਨਾ ਹੀ ਜਾਣਦਾ, ਫਿਰ ਸਾਡੇ ਨਾਲ ਪ੍ਰੇਮ ਵੀ ਨਹੀਂ ਕਰਦਾ, ਅਤੇ ਕੀਤੇ ਹੋਏ ਕਰਮਾਂ ਨੂੰ ਬੜਾ ਆਪਣੇ ਆਪ ਨੂੰ ਜਣਾਉਂਦਾ ਹੈ, ਕਿਉਂਕਿ ਸਤਿਗੁਰੂ ਜੀ ਵੇਖੋ ਐਡੀ ਸ਼ਕਤੀ ਦਾ ਸਮੁੰਦਰ ਥੰਮਿਆ, ਪਰ ਮਹਾਰਾਜ ਕਦੇ ਆਪਣਾ ਆਪ ਨਹੀਂ ਜਣਾਉਂਦੇ। ਸੱਚੇ ਪਾਤਸ਼ਾਹ ਅੰਤਰੀ ਵੀ ਸਿੱਖ 'ਤੇ ਬਖਸ਼ਿਸ਼ ਕਰ ਦਿੰਦੇ ਆ ਗਰੀਬ ਨਿਵਾਜ। ਆਪ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੇ ਖਾਲਸੇ ਨੂੰ ਸੱਚੇ ਪਾਤਸ਼ਾਹ ਇਹ ਸਿੱਖਿਆ ਸਿਖਾਈ। ਮਹਾਰਾਜ ਨੇ ਕਿਹਾ, ਖਾਲਸਾ ਜੀ, ਜਿਹੜਾ ਚਿੱਚੜ ਹੈ ਉਹ ਮੱਝ ਦੇ ਅਸਥਣਾਂ ਦੇ ਲਾਗੇ ਹੀ ਰਹਿੰਦਾ ਹੈ, ਪਰ ਉਹਨੂੰ ਕੋਈ ਦੁੱਧ ਦੀ ਸਾਰ ਨਹੀਂ ਹੁੰਦੀ, ਉਹ ਉਸ ਅਸਥਣ ਦੇ ਵਿੱਚੋਂ ਦੁੱਧ ਨਹੀਂ ਪੀਂਦਾ, ਸਗੋਂ ਕਿ ਲਹੂ ਪੀਂਦਾ ਰਹਿੰਦਾ ਹੈ। ਅਤੇ ਬਛੜਾ ਜਿਹੜਾ ਹੈ ਉਹ ਉਸ ਅਸਥਣ ਦੇ ਵਿੱਚੋਂ ਦੁੱਧ ਪੀ ਕਰਕੇ ਆਪਣੀ ਤ੍ਰਿਪਤੀ ਕਰਦਾ ਹੈ, ਚਿੱਚੜ ਲਹੂ ਪੀਂਦਾ ਰਹਿੰਦਾ, ਕਿਉਂਕਿ ਉਹਦੀ ਖੁਰਾਕ ਵੀ ਲਹੂ ਬਣ ਜਾਂਦੀ ਹੈ ਨਾ, ਫਿਰ ਜਿਹੋ ਜਿਹੀ ਬਿਰਤੀ ਬਣ ਜਾਂਦੀ ਹੈ ਨਾ, ਉਹੋ ਜਿਹੀ ਖੁਰਾਕ ਉਹਦੀ ਬਣ ਜਾਂਦੀ ਹੈ, ਜਿਹੋ ਜਿਹਾ ਸੁਭਾਅ ਪਕਾ ਲਿਆ ਹੈ ਉਹੋ ਜਿਹੀ ਮਨ ਖੁਰਾਕ ਚਾਹੁੰਦਾ ਹੈ। ਫਿਰ ਜਿਹੜੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਕੋਲ ਰਹਿੰਦੇ ਹੋਏ ਨਿੰਦਿਆ ਚੁਗਲੀ ਰੂਪੀ ਲਹੂ ਪੀ ਜਾਂਦੇ ਹੈ, ਸਤਿਗੁਰੂ ਜੀ ਦਾ ਬਾਣੀ ਦਾ ਉਪਦੇਸ਼ ਰੂਪੀ ਦੁੱਧ ਨਹੀਂ ਉਹ ਪੀਂਦੇ ਹਨ। ਜਦੋਂ ਕਥਾ ਕੀਰਤਨ ਦਾ ਵਕਤ ਹੁੰਦਾ ਹੈ ਨਾ, ਉਦੋਂ ਵੀ ਟਲ ਜਾਂਦੇ ਹੈ, ਕਥਾ ਕੀਰਤਨ ਨਹੀਂ ਸੁਣਦੇ। ਬਾਣੀ ਦੇ ਪੜ੍ਹਨ ਦਾ ਵਕਤ ਹੁੰਦਾ ਹੈ ਤਾਂ ਵੀ ਬਾਣੀ ਪੜ੍ਹਦੇ ਨਹੀਂ, ਸੁਣਦੇ ਨਹੀਂ। ਉਹਨਾਂ ਨੂੰ ਤਾਂ ਦੋਖ ਦ੍ਰਿਸ਼ਟੀ ਦਿਸਦੀ ਰਹਿੰਦੀ ਹੈ, ਕਿਸੇ ਨੂੰ ਬੁਰਾ ਕਿਸੇ ਨੂੰ ਭਲਾ ਕਹਿਣ ਵਿੱਚ ਹੀ ਲੱਗੇ ਰਹਿੰਦੇ ਹੈ। ਅਤੇ ਇਸ ਤਰ੍ਹਾਂ ਉਹ ਸਾਧ ਸੰਗਤ ਜੀ ਇਹਨਾਂ ਪਦਾਰਥਾਂ ਦਾ ਰਸ ਚੱਖਦੇ ਰਹਿੰਦੇ ਹੈ, ਅਤੇ ਇਹੀ ਰਸ ਰੂਪੀ ਜਿਹੜਾ ਇਹਨਾਂ ਲਹੂ ਇਹ ਪੀਂਦੇ ਰਹਿੰਦੇ ਹੈ। ਇਹਦੇ ਵਿੱਚੋਂ ਸਾਧ ਸੰਗਤ ਜੀ ਫਿਰ ਕੀ ਹੈ ਕਿ ਗਿਆਨ ਨਹੀਂ ਪ੍ਰਗਟ ਹੁੰਦਾ ਨਾ,
ਜਿਵੇਂ ਜਿਵੇਂ ਜਿਹੋ ਜਿਹੋ ਜੀ ਖੁਰਾਕ ਮਨ ਨੂੰ ਦਈਏ, ਮਨ ਉਹੋ ਜਿਹੇ ਗਾਫਲ ਹੁੰਦਿਆਂ ਚੱਲਿਆ ਜਾਂਦਾ ਹੈ। ਅਤੇ ਜੇ ਆਪਣੇ ਮਨ ਨੂੰ ਗੁਰੂ ਜੀ ਦੇ ਉਪਦੇਸ਼ ਰੂਪੀ ਦੁੱਧ ਦੀ ਖੁਰਾਕ ਦਈਏ, ਹੌਲੀ ਹੌਲੀ ਮਨ ਜਿਹੜਾ ਉਹ ਗਿਆਨ ਨੂੰ ਪ੍ਰਾਪਤ ਕਰਦਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕਿਰਪਾ ਐਸੀ ਵਰਤਦੀ ਹੈ, ਮਨ ਫਿਰ ਬਛੜੇ ਦੀ ਤਰ੍ਹਾਂ ਨਿਮਰੀ ਭੂਤ ਹੋ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਦੁੱਧ ਦੀ ਖੁਰਾਕ ਦੇ ਉੱਤੇ ਪਲਣ ਲੱਗ ਪੈਂਦਾ ਹੈ। ਅਤੇ ਮਹਾਰਾਜ ਦੇ ਕੋਲੋਂ ਸਭ ਬਖਸ਼ਿਸ਼ਾਂ ਫਿਰ ਉਹ ਲੈ ਲੈਂਦੇ ਹੈ। ਫਿਰ ਸਾਧ ਸੰਗਤ ਜੀ, ਮਹਾਰਾਜ ਇਹ ਵੀ ਸਿੱਖਿਆ ਦਿੱਤੀ ਕਿ ਸਿੱਖੋ, ਜਿਹੜਾ ਕਮਲ ਦਾ ਫੁੱਲ ਵੈ ਇਹ ਪਾਣੀ ਉੱਤੇ ਖਿੜਦਾ ਹੈ, ਪਾਣੀ ਵਿੱਚ ਹੁੰਦਾ ਹੈ, ਅਤੇ ਡੱਡੂ ਕਮਲ ਫੁੱਲ ਦੇ ਨੇੜੇ ਹੀ ਥੱਲੇ ਪਾਣੀ ਵਿੱਚ ਰਹਿੰਦਾ ਹੈ, ਅਤੇ ਉਹਨੂੰ ਕਮਲ ਦੇ ਫੁੱਲ ਦਾ ਮਕਰੰਦ ਰਸ ਕੀ ਪਤਾ, ਉਹ ਤਾਂ ਜਾਲੇ ਖਾਂਦਾ ਰਹਿੰਦਾ ਥੱਲੇ। ਅਤੇ ਜਿਹੜੇ ਭਵਰੇ ਹੁੰਦੇ ਹੈ ਉਹ ਮਹਾਰਾਜ ਕਹਿੰਦੇ ਆ ਕੇ ਮਕਰੰਦ ਰਸ ਲੈਂਦੇ ਹੈ ਅਤੇ ਬੜਾ ਉਸ ਰਸ ਨੂੰ ਚੂਸਦੇ ਹੈ। ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਸਾਹਿਬ ਨਾ ਕਮਲ ਦੀ ਨਿਆਈ ਹੈ। ਗੁਰੂ ਸਾਹਿਬ ਦੇ ਕੋਲ ਜਿਹੜੇ ਡੱਡੂ ਬਿਰਤੀ ਰੱਖ ਕਰਕੇ ਸਾਧ ਸੰਗਤ ਜੀ ਕੀ ਹੈ ਕਿ ਮਹਾਰਾਜ ਦੇ ਕੋਲ ਤਾਂ ਰਹਿੰਦੇ ਹੈ ਪਰ ਸਤਿਗੁਰੂ ਜੀ ਦਾ ਇੱਕ ਵੀ ਉਪਦੇਸ਼ ਉਹਨਾਂ 'ਤੇ ਅਸਰ ਨਹੀਂ ਕਰਦਾ। ਜੇ ਸੁਣਦੇ ਵੀ ਹੈ ਨਾ ਤਾਂ ਇੱਕ ਕੰਨ ਤੋਂ ਪਾ ਕੇ ਦੂਜੇ ਬਾਹਰ ਕੱਢ ਛੱਡਦੇ ਹੈ। ਇਹੋ ਜੇ ਮਨ ਢੀਠ ਹੋ ਗਏ ਹੈ ਅਤੇ ਦੂਰੋਂ ਵੇਖਣ ਵਾਲੇ ਵੀ ਕਈ ਨਵੇਂ ਇਉਂ ਹੀ ਸਮਝਦੇ ਹੈ ਕਿ ਭਾਈ ਜੇ ਇਹ ਨਹੀਂ ਸੁਧਰੇ ਤਾਂ ਅਸੀਂ ਕੀ ਸੁਧਰਨ ਲੱਗੇ ਹਾਂ। ਪਰ ਸਾਧ ਸੰਗਤ ਜੀ ਜਿਹੜੇ ਮਹਾਰਾਜ ਨਾਲ ਪਿਆਰ ਕਰਦੇ ਹਨ, ਚਾਹੇ ਨੇੜੇ ਹੁੰਦੇ ਆ ਸਰੀਰ ਕਰਕੇ ਚਾਹੇ ਦੂਰ ਹੁੰਦੇ ਆ, ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਸਭ ਦਾਤਾਂ ਬਖਸ਼ਿਸ਼ ਕਰ ਦਿੰਦੇ। ਅਤੇ ਜੇ ਡੱਡੂ ਬਿਰਤੀ ਨੂੰ ਧਾਰਨ ਕਰਕੇ ਮਹਾਰਾਜ ਕਹਿੰਦੇ ਗੁਰੂ ਰੂਪੀ ਕਮਲ ਦੇ ਨੇੜੇ ਰਵੇ ਅਤੇ ਫਿਰ ਉਹ ਨਿੰਦਾ ਰੂਪੀ ਜਾਲਾ ਹੀ ਖਾਣ ਵਿੱਚ ਲੱਗੇ ਰਹਿੰਦੇ ਆ, ਉਹਨਾਂ ਨੂੰ ਕੀ ਪਤਾ ਹੈ ਕਿ ਸਤਿਗੁਰੂ ਜੀ ਦੇ ਵਿੱਚੋਂ ਗਿਆਨ ਜਿਹੜਾ ਹੈ ਉਹ ਰਸ ਪ੍ਰਾਪਤ ਹੁੰਦਾ ਹੈ। ਗੁਰੂ ਰੂਪੀ ਕਮਲ ਦੇ ਵਿੱਚੋਂ ਸ਼ਾਂਤੀ ਰੂਪੀ ਰਸ ਵੀ, ਸਹਿਜ ਰੂਪੀ ਰਸ ਵੀ ਨਿਕਲਦਾ ਹੈ। ਕੀ ਪਤਾ ਡੱਡੂ ਬਿਰਤੀ ਵਾਲੇ ਜੀਆਂ ਨੂੰ, ਇਹ ਤਾਂ ਉਹਨਾਂ ਨੂੰ ਪਤਾ ਨਾ ਜਿਹੜੇ ਭੌਰੇ ਹੋਏ ਖਿੱਚੇ ਚਲੇ ਆਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰ ਨਾਲ, ਉਹ ਗੁਰੂ ਰੂਪੀ ਕਮਲ ਫੁੱਲ 'ਤੇ ਆ ਕਰਕੇ ਬੈਠਦੇ ਕੀ ਆਪਣੇ ਚਿੱਤ ਦੀ ਬਿਰਤੀ ਨੂੰ ਮਹਾਰਾਜ ਦੇ ਸ਼ਬਦ ਵਿੱਚ ਇਕਾਗਰ ਕਰਦੇ। ਇਕਾਗਰ ਚਿੱਤ ਹੋ ਕਰਕੇ ਵੇਖ ਲਓ ਕਈ 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 ਸਾਧ ਸੰਗਤ ਜੀ ਇੱਕ ਇੱਕ ਸਾਲ ਬਾਅਦ ਗੁਰਸਿੱਖ ਆਉਂਦੇ ਆ ਮਹਾਰਾਜ ਦੇ ਪਵਿੱਤਰ ਸਥਾਨਾਂ 'ਤੇ। ਕੋਈ ਸ਼੍ਰੀ ਹਰਿਮੰਦਰ ਸਾਹਿਬ ਆਉਂਦਾ, ਕੋਈ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਰਸ਼ਨ ਕਰਦਾ, ਅਤੇ ਕਈਆਂ ਦਾ ਨਿਯਮ ਹੈ ਕੋਈ ਮਹੀਨੇ ਬਾਅਦ ਹੀ ਆਉਂਦੇ ਹੈ। ਤੋ ਕਈਆਂ ਨੂੰ ਮਹਾਰਾਜ ਪਿਆਰ ਲਾਉਂਦੇ, ਸੁਭਾਗ ਬਖਸ਼ਿਆ ਰੋਜ਼ ਸੰਗਤ ਕਰਨ ਦਾ। ਇਹ ਤਾਂ ਜਿਹਨੂੰ ਸਤਿਗੁਰੂ ਜੀ ਪਿਆਰ ਲਾ ਦਿੰਦੇ ਹੈ ਉਹ ਭੌਰੇ ਦੀ ਤਰ੍ਹਾਂ ਸਾਧ ਸੰਗਤ ਜੀ ਰਸ ਪ੍ਰਾਪਤ ਕਰਦਾ ਹੈ। ਗੁਰੂ ਰੂਪੀ ਕਮਲ ਫੁੱਲ ਦੇ ਅੰਦਰੋਂ ਸ਼ਾਂਤੀ ਰੂਪੀ ਮਕਰੰਦ ਰਸ ਲੈ ਕੇ, ਬ੍ਰਹਮਾ ਆਨੰਦ ਰੂਪੀ ਮਕਰੰਦ ਰਸ ਲੈ ਕਰਕੇ ਸਿੱਖ ਨਿਆਲ ਹੋ ਜਾਂਦੇ ਹੈ। ਉਹ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਭ ਕੁਝ ਹੀ ਪ੍ਰਾਪਤ ਕਰ ਲੈਂਦੇ, ਮਹਾਰਾਜ ਉਹਨਾਂ ਕੋਲੋਂ ਕੁਝ ਵੀ ਲੁਕਾ ਕੇ ਨਹੀਂ ਰੱਖਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਦੇ ਪਿਆਰ ਵਿੱਚ ਕਹਿਣ ਵੀ ਨਾ ਕਿ ਭਾਈ ਸਿੱਖਾ ਅਸੀਂ ਤੇਰੇ 'ਤੇ ਖੁਸ਼ ਬਹੁ, ਤਾਂ ਕੁਝ ਮੰਗ ਲੈ। ਸਿੱਖ ਅੱਗੋਂ ਹੱਥ ਜੋੜ ਕੇ ਸਗੋਂ ਇਹ ਹੀ ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਬ੍ਰਹਮਾ ਆਨੰਦ ਬਖਸ਼ਿਸ਼ ਕੀਤਾ ਕਿ ਸੱਚੇ ਪਾਤਸ਼ਾਹ ਕੁਝ ਵੀ ਤਾਂ ਤੁਸੀਂ ਲੁਕਾ ਕੇ ਨਹੀਂ ਰੱਖਿਆ, ਹੁਣ ਮੈਂ ਆਪ ਜੀ ਦੇ ਕੋਲੋਂ ਕੀ ਮੰਗਾਂ। ਸੱਚੇ ਪਾਤਸ਼ਾਹ ਤੁਸੀਂ ਬ੍ਰਹਮਾ ਆਨੰਦ ਜਿਹੜਾ ਸਭ ਤੋਂ ਸ਼੍ਰੋਮਣੀ ਆਨੰਦ ਅਤੇ ਰਸ ਵੈ,
ਉਹ ਮਹਾਰਾਜ ਮੈਨੂੰ ਬਖਸ਼ਿਸ਼ ਕਰ ਦਿੱਤਾ ਜੂਨਾਂ ਵਿੱਚ ਭਟਕਣ ਵਾਲੇ ਨੂੰ ਅਵਨਾਸੀ ਪਦ ਦੇ ਕੇ ਸੱਚੇ ਪਾਤਸ਼ਾਹ ਤੁਸੀਂ ਮੁਕਤੀ ਦੇ ਦਿੱਤੀ ਹੈ ਗਰੀਬ ਨਵਾਜ, ਹੋਰ ਮੈਂ ਇਦੋਂ ਵੱਡਾ ਪਦਾਰਥ ਕੀ ਮੰਗ ਸਕਦਾ। ਕਿਉਂਕਿ ਜਦੋਂ ਬੁੱਧੀ ਅਲਪੱਗ ਹੁੰਦੀ ਹੈ ਨਾ, ਉਦੋਂ ਸਾਧ ਸੰਗਤ ਜੀ ਸੋਚ ਵੀ ਛੋਟੀ ਹੁੰਦੀ, ਅਤੇ ਜੇ ਕੋਈ ਮੰਗ ਲਏਗਾ ਤਾਂ ਕੀ ਮੰਗੇਗਾ ਛੋਟੀ ਸੋਚ ਨਾਲ। ਬੱਚੇ ਨੂੰ ਤੁਸੀਂ ਪੁੱਛੋ ਤਾਂ ਕੀ ਖਿਡਾਉਣਾ ਹੀ ਮੰਗ ਲਏਗਾ ਨਾ ਕੋਈ, ਕਿਉਂਕਿ ਸੋਚ ਛੋਟੀ ਹੈ। ਇਸੇ ਤਰ੍ਹਾਂ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਭਾਵਨਾ ਵਾਲੇ ਸਿੱਖ ਇਹੀ ਕਹਿੰਦੇ, ਮਹਾਰਾਜ ਮੇਰੀ ਤਾਂ ਬੁੱਧ ਵੀ ਅਲਪੱਗ ਵੈ, ਮੈਂ ਮੰਗਾਂ ਵੀ ਤਾਂ ਆਪਣੇ ਵਾਸਤੇ ਮਹਾਰਾਜ ਚੰਗਾ ਨਹੀਂ ਨਾ ਮੰਗ ਸਕਦਾ, ਤੁਸੀਂ ਮਹਾਰਾਜ ਉਹ ਦਿਓ ਜਿਹਦੇ ਨਾਲ ਮੇਰਾ ਭਲਾ ਹੋ ਜਾਵੇ। ਸੱਚੇ ਪਾਤਸ਼ਾਹ ਉਹ ਪਦਾਰਥ ਮੈਨੂੰ ਦਿਓ ਜਿਹਦੇ ਕਰਕੇ ਮੇਰੇ ਅੰਦਰ ਮਹਾਰਾਜ ਪ੍ਰੀਤ ਲੱਗ ਜਾਵੇ ਆਪਦੇ ਚਰਨਾਂ ਦੀ। ਸੱਚੇ ਪਾਤਸ਼ਾਹ ਦੇ ਕੋਲੋਂ ਜਿਹੜੇ ਇਉਂ ਜਾਚਦੇ ਆ, ਇਉਂ ਮੰਗਦੇ ਆ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਸਭ ਪਦਾਰਥ ਹੀ ਦੇ ਕਰਕੇ ਨਿਹਾਲ ਕਰ ਦਿੰਦੇ ਆ। ਅੱਗੋਂ ਉਹ ਸਿੱਖ ਸਾਧ ਸੰਗਤ ਜੀ ਸੰਸਾਰ ਦੀ ਭਭੂਤੀ ਦੇਣ ਦੇ ਸਮਰੱਥ ਹੋ ਜਾਂਦੇ ਆ। ਮਹਾਰਾਜ ਦੇ ਐਸੇ ਬ੍ਰਹਮਾ ਆਨੰਦ ਨੂੰ ਪ੍ਰਾਪਤ ਕਰਨ ਵਾਲੇ ਸਿੱਖ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਉਹਨਾਂ ਦੇ ਅੱਗੇ ਹੱਥ ਜੋੜ ਕੇ ਮੰਗਿਆ, ਇਹ ਚਾਰ ਪਦਾਰਥ ਦੇਣ ਦੇ ਸਮਰੱਥ ਤਾਂ ਗੁਰੂ ਅਮਰਦਾਸ ਸਾਹਿਬ ਦੇ ਸਿੱਖ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਤਾਂ ਬਾਤ ਹੀ ਕੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿਫਤ ਤਾਂ ਇੱਕ ਰਸਨਾ ਨਾਲ ਕਹੀ ਨਹੀਂ ਜਾ ਸਕਦੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕੱਛ ਕਹੀ ਨਾ ਜਾਈ। ਐਸੇ ਦੀਨ ਦਿਆਲ ਸਤਿਗੁਰੂ ਜੀ ਮਹਾਰਾਜ ਕਹਿੰਦੇ, ਸਿੱਖੋ ਸਤਿਗੁਰੂ ਤਾਂ ਸਭ ਦਾਤਾਂ ਦੇ ਸਕਦੇ ਹੈ, ਪਰ ਲੈਣ ਵਾਲਾ ਸਿੱਖ ਹੀ ਹੰਕਾਰ ਨਹੀਂ ਨਾ ਛੱਡਦਾ ਹੈ। ਆਪਣੇ ਅੰਦਰੋਂ ਹੰਕਾਰ ਨੂੰ ਗਵਾਏ ਤਾਂ ਮਹਾਰਾਜ ਕਹਿੰਦੇ ਸਭ ਕੁਝ ਹੀ ਗੁਰੂ ਸਾਹਿਬ ਦੇ ਕੋਲੋਂ ਸਿੱਖ ਨੂੰ ਭਾਈ ਪ੍ਰਾਪਤ ਹੋ ਸਕਦਾ ਏ। ਗੁਰ ਸ਼ਬਦ ਸੱਚੇ ਲਿਵ ਲਾਏ, ਫਿਰ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਕਮਾਈ ਕਰਦੇ ਗੁਰਸਿੱਖ ਸੱਚੀ ਲਿਵ, ਸੱਚੀ ਸੁਰਤ ਜਿਹੜੀ ਆ ਆਪਣੀ, ਉਹ ਸਾਧ ਸੰਗਤ ਜੀ ਨਿਰੰਕਾਰ ਦੇ ਵਿੱਚ ਲਾ ਲੈਂਦੇ। ਉਹ ਸੱਚੀ ਕਿਉਂ ਹੋ ਜਾਂਦੀ? ਕਿਉਂਕਿ ਸੱਚੇ ਵਿੱਚ ਜੋੜ ਲੈਂਦੇ ਆ ਨਾ, ਸੱਚੇ ਰਹਿਣ ਵਾਲੇ ਪਰਮੇਸ਼ਰ ਵਿੱਚ ਆਪਣੀ ਸੁਰਤ ਲਾ ਲੈਂਦੇ ਆ। ਉਹ ਸੁਰਤ ਲੱਗਦੀ ਕਿਵੇਂ ਹੈ? ਗੁਰੂ ਜੀ ਦੇ ਸ਼ਬਦ ਦੀ ਕਮਾਈ ਨਾਲ। ਜਦੋਂ ਪੁਨਾ ਪੁਨਾ ਸ਼ਬਦ ਜਪੀਦਾ ਨਾ, ਤੇ ਸ਼ਬਦ ਦੀ ਸੁਰਤ ਨੂੰ ਇਕਾਗਰ ਕਰ ਦਿੰਦਾ, ਉਹਦਾ ਸੁਰਤ ਮੋਟੀ ਹੋਈ ਰਹਿੰਦੀ ਹੈ। ਜਦੋਂ ਸ਼ਬਦ ਦਾ ਜਾਪ ਕਰੀਏ, ਸ਼ਬਦ ਆਪ ਸੂਖਸ਼ਮ ਹੈ ਤੇ ਬਿਰਤੀ ਨੂੰ ਵੀ ਸੂਖਸ਼ਮ ਕਰ ਦਿੰਦਾ ਸ਼ਬਦ ਦੀ ਕਮਾਈ ਨਾਲ। ਮਹਾਰਾਜ ਕਹਿੰਦੇ ਭਾਈ ਸੁਰਤ ਜਿਹੜੀ ਹੈ ਸੱਚੇ ਨਿਰੰਕਾਰ ਦੇ ਅੰਦਰ ਲੱਗ ਜਾਂਦੀ ਹੈ, ਟਿਕ ਜਾਂਦੀ ਹੈ। ਸੱਚ ਵਣਜਹਿ ਸੱਚ ਸੰਗ੍ਰਹਿ, ਉਹ ਗੁਰਸਿੱਖ ਫਿਰ ਸੱਚੇ ਨਾਮ ਨੂੰ ਹੀ ਗੁਰੂ ਸਾਹਿਬ ਦੇ ਕੋਲੋਂ ਵਣਜਦੇ ਭਾਵ ਖਰੀਦਦੇ ਹੈ। ਆਪਣਾ ਤਨ ਮਨ ਧਨ ਮਹਾਰਾਜ ਦੇ ਅੱਗੇ ਭੇਟ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਉਹ ਕਹਿੰਦੇ, ਮਹਾਰਾਜ ਸਿਰ ਵੱਢ ਲਓ ਪਰ ਨਾਮ ਦੀ ਦਾਤ ਦੇ ਦਿਓ। ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਸਭ ਕੁਝ ਹੀ ਅਰਪਣ ਕਰ ਦਿੰਦੇ ਹੈ, ਸਭ ਕੁਝ ਹੀ ਭੇਟ ਕਰ ਦਿੰਦੇ ਹੈ। ਆਪਣਾ ਸਾਰਾ ਕੁਝ ਹੀ ਮਹਾਰਾਜ ਦੇ ਅੱਗੇ ਭੇਟ ਕਰਕੇ ਨਾਮ ਦੀ ਦਾਤ ਖਰੀਦ ਲੈਂਦੇ ਮਹਾਰਾਜ ਦੇ ਕੋਲੋਂ, ਸਤਿਗੁਰੂ ਜੀ ਦੇ ਕੋਲੋਂ ਲੈ ਲੈਂਦੇ ਨਾਮ ਦੀ ਦਾਤ, ਅਤੇ ਨਾਮ ਦੀ ਦਾਤ ਲੈ ਕਰਕੇ ਫਿਰ ਨਾਮ ਦੀ ਪੂੰਜੀ ਨੂੰ ਸੰਗ੍ਰਹਿ ਸਾਧ ਸੰਗਤ ਜੀ ਇਕੱਠਿਆਂ ਕਰਦੇ ਹੈ। ਭਾਵ ਹਰ ਵੇਲੇ ਭਜਨ ਵਿੱਚ ਆਪਣਾ ਚਿੱਤ ਜੋੜਦੇ ਹੈ, ਸੰਗ੍ਰਹਿਣ ਕਰਦੇ ਰਹਿੰਦੇ ਹੈ, ਇਸ ਧਨ ਨੂੰ ਬਹੁਤ ਜ਼ਿਆਦਾ ਜੋੜਦੇ ਹੈ ਪਿਆਰ ਨਾਲ, ਨਾਮ ਧਨ ਨੂੰ।
ਸੱਚ ਵਾਪਾਰ ਕਰਾਵਣਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ, ਗੁਰੂ ਜੀ ਦੇ ਕੋਲੋਂ ਇਹ ਦਾਤ ਲੈ ਕਰਕੇ ਨਾ ਨਾਮ ਦੀ ਗੁਰਸਿੱਖ ਫਿਰ ਹੋਰਨਾਂ ਨੂੰ ਵੀ ਵੰਡਦੇ ਹੈ ਅਤੇ ਸੱਚ ਵਾਪਾਰ ਕਰਾ ਬਣਿਆ, ਉਹ ਸੱਚੇ ਨਾਮ ਦਾ ਵਾਪਾਰ ਕਰਾਉਂਦੇ ਹੈ। ਉੱਤਮ ਅਧਿਕਾਰੀ ਵੇਖ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਪ੍ਰਦਾਨ ਕਰਦੇ ਹੈ, ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਲਾ ਦਿੰਦੇ ਹੈ। ਜਦੋਂ ਉਹਨਾਂ ਨੂੰ ਸਿੱਖ ਪੁੱਛਦੇ ਪਿਆਰ ਨਾਲ, ਮਹਾਰਾਜ ਤੁਹਾਨੂੰ ਇਹ ਅਵਸਥਾ ਕਿਵੇਂ ਮਿਲੀ ਹੈ, ਤਾਂ ਉਹ ਇਹ ਨਹੀਂ ਕਹਿੰਦੇ ਮੈਂ ਆਪੋਂ ਬੜੀ ਮਿਹਨਤ ਨਾਲ ਲਈ ਹੈ, ਨਹੀਂ ਉਹ ਕਹਿੰਦੇ ਤਾਂ ਸਤਿਗੁਰਾਂ ਨੇ ਤਰਸ ਕੀਤਾ ਹੈ, ਮਹਾਰਾਜ ਨੇ ਇਹ ਗਿਆਨ ਬਖਸ਼ਿਸ਼ ਕੀਤਾ ਹੈ। ਜੇ ਭਾਈ ਸਿੱਖਾ ਤੂੰ ਵੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰੇ, ਗੁਰੂ ਨਾਨਕ ਸਾਹਿਬ ਦਾ ਸਰੂਪ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਕਰੇ, ਤੈਨੂੰ ਵੀ ਇਹ ਦਾਤ ਪ੍ਰਾਪਤ ਹੋਵੇ। ਉਹ ਸਾਧ ਸੰਗਤ ਜੀ ਸੱਚੇ ਨਾਮ ਦਾ ਹੀ ਵਪਾਰ ਕਰਦੇ ਹੈ, ਖਰੀਦਿਆ ਵੀ ਉਹਨਾਂ ਨੇ ਸਤਿਗੁਰੂ ਜੀ ਦੇ ਕੋਲੋਂ ਆਪਣੇ ਸਿਰ ਦੇ ਵੱਟੇ ਨਾਮ ਹੈ ਅਤੇ ਨਾਮ ਨੂੰ ਹੀ ਇਕੱਠਾ ਕੀਤਾ ਹੈ, ਅਤੇ ਫਿਰ ਕੇਵਲ ਇਕੱਠਾ ਨਹੀਂ ਕਰ ਛੱਡਿਆ ਹੈ, ਫਿਰ ਗੁਰਸਿੱਖਾਂ ਦੇ ਅੰਦਰ ਮਹਾਰਾਜ ਜੀ ਦੇ ਉਸ ਨਾਮ ਦੀ ਸ਼ਾਂਤੀ ਨੂੰ ਵਰਤਾਇਆ ਵੀ ਹੈ, ਸਤਿਗੁਰਾਂ ਦੇ ਚਰਨੀ ਲਾਇਆ ਹੈ। ਮਹਾਰਾਜ ਜੀ ਨੇ ਇਹੋ ਜਿਹੇ ਸਾਧ ਸੰਗਤ ਜੀ ਬ੍ਰਹਮ ਗਿਆਨੀ 22 ਸਿੱਖ ਮਹਾਰਾਜ ਪੈਦਾ ਕੀਤੇ ਸੀ, ਜਿਹੜੇ ਹਿੰਦੁਸਤਾਨ ਦੇ 22 ਸੂਬਿਆਂ ਵਿੱਚ ਸਿੱਖੀ ਦੀ ਦੁਹਾਈ ਫੇਰਦੇ ਸੀ, ਅਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹਨਾਂ 22 ਸੂਬਿਆਂ ਤੋਂ ਚੱਲ ਚੱਲ ਕੇ ਲੋਕ ਜਾਂਦੇ ਸੀ ਅਤੇ ਮਹਾਰਾਜ ਦੀ ਸਿੱਖੀ ਪ੍ਰਾਪਤ ਕਰਦੇ ਸੀ। ਉਹਨਾਂ ਨੇ ਸੱਚ ਦਾ ਹੀ ਵਪਾਰ ਕੀਤਾ ਹੈ, ਸੱਚੇ ਨਾਮ ਦੀਆਂ ਬਖਸ਼ਿਸ਼ਾਂ ਜਿਹੜੀਆਂ ਗੁਰੂ ਸਾਹਿਬ ਤੋਂ ਲੈ ਕਰਕੇ ਵਰਤਾਈਆਂ ਹਨ ਸੰਸਾਰ ਦੇ ਜੀਆਂ ਨੂੰ, ਗੁਰੂ ਜੀ ਦੇ ਚਰਨੀ ਲਾਇਆ ਹੈ। ਵਾਰੇ ਜਿਓ ਵਾਰੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਾਂ ਅਸੀਂ ਵਾਰਨੇ ਜਾਂਦੇ ਹਾਂ, ਜਿਓ ਆਪਣਾ ਜੀਵ ਆਤਮਾ ਆਪਣਾ ਮਨ ਵੀ ਸਤਿਗੁਰੂ ਕਹਿੰਦੇ ਉਹਨਾਂ ਸਿੱਖਾਂ ਤੋਂ ਭਾਈ ਵਾਰਦੇ ਹਾਂ। ਹਰ ਗੁਣ ਅਨ ਦਿਨ ਗਾਵਣਿਆ, ਜਿਹੜੇ ਰਾਤ ਦਿਨ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹੈ। ਵੇਖੋ ਦਾਤ ਸਤਿਗੁਰੂ ਆਪ ਦਿੰਦੇ ਹੈ, ਫਿਰ ਆਪਣੇ ਸਿੱਖ ਨੂੰ ਕਿੰਨਾ ਵਡਿਆਉਂਦੇ ਹੈ। ਮਹਾਰਾਜ ਕਹਿੰਦੇ ਅਸੀਂ ਉਹਦੇ ਤੋਂ ਬਲਹਾਰ ਜਾਂਦੇ, ਉਸ ਸਿੱਖ ਤੋਂ ਕੁਰਬਾਨ ਜਾਂਦੇ ਹਾਂ ਜਿਹੜਾ ਰਾਤ ਦਿਨ ਹੀ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਜਪਦਾ ਰਹਿੰਦਾ ਹੈ, ਆਪਣੀ ਰਸਨਾ ਤੋਂ ਰਾਤ ਦਿਨ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ, ਅਸੀਂ ਉਸ ਸਿੱਖ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ। ਹਾਂ ਤੇਰਾ ਤੂੰ ਠਾਕੁਰ ਮੇਰਾ, ਸਤਿਗੁਰੂ ਜੀ ਪਿਆਰ ਦੇ ਨਾਲ ਕਹਿੰਦੇ ਨੇ ਹਾਂ ਤੇਰਾ ਹੈ ਵਾਹਿਗੁਰੂ, ਅਸੀਂ ਤੇਰੇ ਹਾਂ, ਤੂੰ ਮਹਾਰਾਜ ਸਾਡਾ ਸੁਮਾਮੀ ਹੈ, ਮਾਲਕ ਹੈ। ਜਿਹਨੂੰ ਸਤਿਗੁਰੂ ਜੀ ਗਿਆਨ ਬਖਸ਼ਿਸ਼ ਕਰ ਦਿੰਦੇ ਆ ਨਾ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰਾ ਤਾਂ ਕੁਝ ਵੀ ਹੋਰ ਹੈ ਨਹੀਂ, ਵਾਹਿਗੁਰੂ ਹੀ ਮੇਰਾ ਹੈ। ਉਹ ਪਰਮੇਸ਼ਰ ਤੇ ਮੇਰ ਕਰਦੇ ਆ, ਫਿਰ ਇਹ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਆ ਹਉ ਤੇਰਾ ਤੂੰ ਠਾਕੁਰ ਮੇਰਾ, ਹੇ ਵਾਹਿਗੁਰੂ ਮੈਂ ਤੇਰਾ ਗੋਲਾ ਹਾਂ, ਤੇਰਾ ਦਾਸ ਹਾਂ। ਇੰਨੇ ਵਿੱਚ ਹੀ ਸਿੱਖ ਨੂੰ ਐਡਾ ਮਾਣ ਹੁੰਦਾ ਹੈ, ਹੇ ਗੁਰੂ ਨਾਨਕ ਸਾਹਿਬ ਅਸੀਂ ਤੇਰੇ ਹਾਂ, ਸਿੱਖ ਹਾਂ ਤੇਰੇ ਮਹਾਰਾਜ। ਇਹ ਸਿੱਖ ਐਡਾ ਮਾਣ ਪ੍ਰਾਪਤ ਕਰਦੇ ਆ ਪਿਆਰ ਵਾਲੇ ਕਿ ਮਹਾਰਾਜ ਅਸੀਂ ਤੇਰੇ ਤਾਂ ਖਵਾਉਂਦੇ ਹਨ। ਅਤੇ ਫਿਰ ਸਾਧ ਸੰਗਤ ਜੀ ਜਿਹਦੇ ਬਣ ਜਾਈਏ ਨਾ, ਅਤੇ ਜਿਵੇਂ ਮਾਲਕ ਨੂੰ ਆਪਣੇ ਕੁੱਕਰ ਦੀ ਲਾਜ ਹੁੰਦੀ ਹੈ ਨਾ, ਇਵੇਂ ਵਾਹਿਗੁਰੂ ਜੀ ਫਿਰ ਆਪਣੇ ਬਣਾਏ ਹੋਏ ਸੇਵਕ ਨੂੰ ਸੱਚੇ ਪਾਤਸ਼ਾਹ ਜੀ ਉਹਦੀ ਲਾਜ ਰੱਖਦੇ ਆ। ਅਤੇ ਜਿਹੜਾ ਮਹਾਰਾਜ ਦਾ ਬਣੇ ਹੀ ਨਾ, ਫਿਰ ਸਾਧ ਸੰਗਤ ਜੀ ਕਿਵੇਂ ਮਾਲਕ ਨੂੰ ਲੱਜਾ ਪੈਂਦੀ ਹੈ।
ਨਹੀਂ ਆਪਣੇ ਆਪ ਨੂੰ ਮਾਲਕ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਉ ਤੇਰਾ, ਮਹਾਰਾਜ ਮੈਂ ਤੇਰਾ ਹਾਂ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਸੰਬੰਧ ਨਾਤਾ ਨਹੀਂ ਸੰਸਾਰ ਦੇ ਅੰਦਰ, ਮਹਾਰਾਜ ਮੇਰਾ ਕੋਈ ਨਹੀਂ ਤੇਰੇ ਤੋਂ ਬਿਨਾਂ, ਤੂੰ ਮੇਰਾ ਸਵਾਮੀ ਮਾਲਕ ਹੈ। ਸ਼ਬਦ ਵਡਿਆਏ ਦੇਵਣਿਆ, ਤੇ ਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਆ ਜਦੋਂ ਇਹ ਪ੍ਰੀਤ ਲੱਗਦੀ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸ਼ਬਦ ਦੀ ਜਿਹੜੀ ਹੈ ਨਾ ਵਡਿਆਈ, ਉਹ ਪੂਰੇ ਗੁਰੂ ਸਾਹਿਬ ਜੀ ਦੇਵਣਿਆ ਫਿਰ ਦੇ ਦਿੰਦੇ ਹੈ, ਸ਼ਬਦ ਦੀ ਦਾਤ ਦਿੰਦੇ ਹੈ, ਤੇ ਸਭ ਵਡਿਆਈਆਂ ਜਿਹੜੀਆਂ ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦੀਆਂ। ਵੱਡੀ ਵਡਿਆਈ ਹੈ ਸ਼ਬਦ ਦੀ ਪ੍ਰੀਤ ਦੀ, ਉਹ ਪੂਰੇ ਗੁਰੂ ਜੀ ਦੇ ਕੋਲੋਂ ਪ੍ਰਾਪਤ ਹੁੰਦੀ ਹੈ, ਪੂਰੇ ਗੁਰੂ ਜੀ ਦੇ ਦਿੰਦੇ ਆ ਰਹਿਮਤ ਕਰਕੇ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਵੇਲਾ ਵਖਤ ਸਭ ਸੁਹਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੂੰ ਇਹ ਦਾਤ ਗੁਰੂ ਜੀ ਤੋਂ ਪ੍ਰਾਪਤ ਹੁੰਦੀ ਹੈ ਨਾ, ਦਿਨ ਦੇ ਸਮੇਂ ਨੂੰ ਵੇਲਾ ਕਹਿੰਦੇ ਆ, ਰਾਤ ਦੇ ਸਮੇਂ ਨੂੰ ਵਖਤ ਕਹਿੰਦੇ ਆ। ਦਿਨ ਦਾ ਵੇਲਾ, ਰਾਤ ਦਾ ਵਖਤ, ਚਾਰ ਪੈਰ ਦਿਨ ਦੇ, ਚਾਰ ਪੈਰ ਰਾਤ ਦੇ, ਉਹਦੇ ਸਾਰੇ ਹੀ ਸੋਭਨੀਕ ਹੋ ਜਾਂਦੇ ਆ, ਸਾਰੇ ਹੀ ਉਹਨੂੰ ਫੱਬ ਆਉਂਦੇ ਆ। ਤੇ ਜੇ ਨਹੀਂ ਨਾਮ ਜਪਦਾ ਹੈ ਤਾਂ ਫਿਰ ਫਰੀਦ ਜੀ ਨੇ ਕਿਹਾ ਨਾ ਕਿ ਚਾਰ ਗਵਾਇਆ ਹੰਡਕੈ, ਚਾਰ ਗਵਾਇਆ ਸੰਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ, ਕਿਹੜੇ ਕੰਮ ਆਇਆ ਹੈ ਤੂੰ। ਚਾਰ ਪੈਰ ਫਿਰ ਤੁਰ ਕੇ ਗਵਾ ਦਿੰਦਾ ਹੈ, ਤੇ ਚਾਰ ਪੈਰ ਰਾਤ ਦੇ ਸੌਂ ਕੇ ਗਵਾ ਦਿੰਦਾ ਹੈ, ਉਹਨਾਂ ਦਾ ਸਮਾਂ ਸਫਲਾ ਨਹੀਂ ਹੈ ਸਾਧ ਸੰਗਤ ਜੀ, ਸੋਭਨੀਕ ਨਹੀਂ ਹੈ। ਜਿਹੜੇ ਵਕਾਰਾਂ ਨੂੰ ਭੋਗਦੇ ਆਪਣਾ ਸਮਾਂ ਖਰਾਬ ਕਰੀ ਜਾਂਦੇ ਆ। ਫਿਰ ਸਾਧ ਸੰਗਤ ਜੀ ਗੱਲਾਂ ਬਾਤਾਂ ਦੇ, ਫਜ਼ੂਲ ਕੰਮਾਂ ਦੇ ਅੰਦਰ ਆਪਣੇ ਸਮੇਂ ਨੂੰ ਬਤੀਤ ਕਰੀ ਜਾਂਦੇ ਆ, ਅਤੇ ਉਹਨਾਂ ਦਾ ਤਾਂ ਸਾਧ ਸੰਗਤ ਜੀ ਜਿਹੜਾ ਹੈ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ, ਦੁੱਖਾਂ ਦੇ ਨਾਲ ਤੜਫਦਿਆਂ ਹੋਇਆਂ ਦਾ ਦਿਨ ਲੰਘਦਾ, ਅਤੇ ਸੂਲਾਂ ਵਰਗੀ ਜਿਹੜੀ ਹੈ ਜਿਵੇਂ ਸੂਲਾਂ ਦੀ ਸੇਜਾ 'ਤੇ ਕੋਈ ਪਿਆ ਹੋਵੇ, ਅਤੇ ਉਹ ਜਿਵੇਂ ਚੁੱਭਦੀਆਂ ਨੇ ਸਰੀਰ ਨੂੰ, ਇਹੋ ਜਿਹੇ ਦੁੱਖ ਵਿਕਾਰਾਂ ਨੂੰ ਭੋਗ ਭੋਗ ਕੇ ਰਾਤਾਂ ਬਤੀਤ ਹੁੰਦੀਆਂ ਨੇ, ਇਹ ਉਹਨਾਂ ਦਾ ਸਮਾਂ ਸਫਲਾ ਨਹੀਂ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਭਾਈ ਗੁਰੂ ਜੀ ਦੇ ਕੋਲੋਂ ਪਿਆਰ ਦੀ ਦਾਤ ਪ੍ਰਾਪਤ ਹੋਈ ਹੈ ਨਾ, ਸੱਚੇ ਸ਼ਬਦ ਦੀ ਵਡਿਆਈ ਜਿਨ੍ਹਾਂ ਨੂੰ ਮਿਲ ਗਈ ਹੈ, ਉਹਨਾਂ ਦਾ ਦਿਨ ਦਾ ਵੇਲਾ ਵੀ ਅਤੇ ਰਾਤ ਦਾ ਵਕਤ ਵੀ, ਚਾਰ ਪੈਰ ਦਿਨ ਦੇ, ਚਾਰ ਪੈਰ ਰਾਤ ਦੇ, ਮਹਾਰਾਜ ਕਹਿੰਦੇ ਸਾਰੇ ਹੀ ਭਾਈ ਬੜੇ ਸੋਭਨੀਕ ਹੋਏ ਹਨ। ਜਿਤ ਸੱਚਾ ਮੇਰਾ ਮਨ ਪਾਇਆ, ਜਿਤ ਜਿਸ ਵੇਲੇ ਸੱਚਾ ਮਹਾਰਾਜ ਕਹਿੰਦੇ ਸਾਡੇ ਮਨ ਦੇ ਅੰਦਰ ਪਾ ਗਿਆ, ਉਹ ਵੇਲਾ ਉਹ ਸਮਾਂ ਬੜਾ ਹੀ ਸੋਭਨੀਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਵੇਲੇ ਸੱਚੇ ਵਾਹਿਗੁਰੂ ਜੀ ਦਾ ਸਰੂਪ ਸਾਡੇ ਮਨ ਦੇ ਅੰਦਰ ਇੰਨਾ ਪਿਆਰਾ ਲੱਗਾ, ਆਕਰਸ਼ਿਤ ਹੋ ਗਿਆ ਮਨ, ਜਿਵੇਂ ਚੁੱਬਕ ਖਿੱਚ ਲੈਂਦੀ ਆ ਲੋਹੇ ਨੂੰ, ਇਵੇਂ ਖਿੱਚਿਆ ਗਿਆ ਮਨ ਉਸ ਵਾਹਿਗੁਰੂ ਦੇ ਸੱਚੇ ਸਰੂਪ ਵੱਲ, ਅਤੇ ਫਿਰ ਸਾਧ ਸੰਗਤ ਜੀ ਸਾਰੀਆਂ ਘੜੀਆਂ, ਸਾਰੇ ਚਸੇ ਮੂਰਤ ਪਲ ਸਭ ਆਨੰਦਮਈ ਹੋ ਗਏ, ਜੀਵਨ ਸਫਲਾ ਹੋ ਗਿਆ। ਉਹਨਾਂ ਦਾ ਕੋਈ ਵੀ ਜਿਹੜਾ ਸਮਾਂ ਹੈ ਨਾ, ਉਹ ਵਿਅਰਥ ਨਹੀਂ ਫਿਰ ਹੁੰਦਾ, ਸਾਰਾ ਹੀ ਸਮਾਂ ਉਹਨਾਂ ਦਾ ਸਫਲਾ ਹੋ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੱਚਾ ਵਾਹਿਗੁਰੂ ਮਨ ਦੇ ਅੰਦਰ ਭਾ ਜਾਂਦਾ ਹੈ, ਜਦੋਂ ਸੱਚੇ ਵਾਹਿਗੁਰੂ ਨੂੰ ਮਨ ਦੇ ਅੰਦਰ ਭਾ ਜਾਈਏ, ਉਦੋਂ ਮਹਾਰਾਜ ਕਹਿੰਦੇ ਭਾਈ ਸਾਰੇ ਵਕਤ ਸਾਰੇ ਵੇਲੇ ਸੋਭਨੀਕ ਹੋ ਜਾਂਦੇ ਆ।
ਸੱਚੇ ਸੇਵਿਆ ਸੱਚ ਵਡਿਆਏ। ਜੇ ਸੱਚੇ ਵਾਹਿਗੁਰੂ ਜੀ ਦਾ ਸੇਵਨ ਕਰੀਏ ਨਾ ਤੇ ਮਹਾਰਾਜ ਕਹਿੰਦੇ ਵਡਿਆਈ ਵੀ ਭਾਈ ਫਿਰ ਸੱਚੀ ਪ੍ਰਾਪਤ ਹੁੰਦੀ ਹੈ, ਲੋਕ ਪਰਲੋਕ ਵਿੱਚ ਉਹਨਾਂ ਦੀ ਉਸਤਤ ਹੁੰਦੀ ਹੈ। ਉਹਨਾਂ ਦੀ ਵਡਿਆਈ ਤਾਂ ਦੇਵੀ ਦੇਵਤੇ ਕਰਦੇ ਹੈ ਸੱਚੇ ਨੂੰ ਸੇਵਨੇ ਕਰਕੇ, ਕਿਉਂਕਿ ਸਦਾ ਰਹਿਣ ਵਾਲਾ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦੀ ਵਡਿਆਈ ਵੀ ਪਤਾ ਸਦਾ ਅਸਥਿਤ ਹੋ ਜਾਂਦੀ ਹੈ, ਸਦਾ ਵਾਸਤੇ ਉਹਨਾਂ ਦਾ ਜਸ ਵੀ ਮੇਰਾ ਵਾਹਿਗੁਰੂ ਕਾਇਮ ਕਰ ਦਿੰਦਾ, ਜਿਵੇਂ ਕਬੀਰ ਜੀ ਦਾ ਕੀਤਾ, ਜਿਵੇਂ ਧਰੂ ਜੀ ਦਾ ਕੀਤਾ, ਭਗਤ ਪ੍ਰਹਿਲਾਦ ਜੀ ਦਾ ਕੀਤਾ। ਸੱਚੇ ਨੂੰ ਸੇਵਿਆ ਨਾ ਤੇ ਸੱਚੀ ਵਡਿਆਈ ਪ੍ਰਾਪਤ ਹੋਈ। ਰੱਬ ਬੇ ਭਗਤ ਕਰਕੇ ਸੰਸਾਰ ਦੇ ਅੰਦਰ ਜਸ ਹੋਇਆ ਹੈ। ਗੁਰ ਕਿਰਪਾ ਤੇ ਸੱਚ ਪਾਵਣਿਆ। ਹਜ਼ੂਰ ਕਹਿੰਦੇ ਨੇ ਗੁਰਸਿੱਖੋ, ਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਇਹ ਸੱਚੇ ਨਾਮ ਦਾ ਜਿਹੜਾ ਨਾ ਪ੍ਰਸਾਦ ਪਾਵਣਿਆ ਜੀਵ ਪਾਉਂਦਾ ਹੈ, ਗੁਰੂ ਕਿਰਪਾ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕੀਤੀ ਤੇ ਪੂਰੇ ਗੁਰੂ ਜੀ ਦੇ ਕੋਲੋਂ ਅਸੀਂ ਇਸ ਦਾਤ ਨੂੰ ਪਾਵਣਿਆ ਪਾਉਣਾ ਕੀਤਾ ਏ। ਜਿਹੜਾ ਵੀ ਪੂਰੇ ਗੁਰੂ ਜੀ ਦੇ ਸਿੱਖ ਚਰਨੀ ਲੱਗਦਾ ਹੈ, ਉਹਨਾਂ ਨੇ ਪਹਿਲੋਂ ਪਾਇਆ, ਹੁਣ ਪਾ ਰਹੇ, ਅੱਗੇ ਨੂੰ ਵੀ ਪਾਵਣਿਆ ਪਾਉਣਗੇ। ਜਿਹੜੇ ਸਿੱਖ ਪੂਰੇ ਗੁਰੂ ਜੀ ਦੇ ਚਰਨੀ ਲੱਗਣਗੇ ਪੂਰੇ ਗੁਰੂ ਜੀ ਦੀ ਕਿਰਪਾ ਨਾਲ, ਮਹਾਰਾਜ ਕਹਿੰਦੇ ਭਾਈ ਨਾਮ ਨੂੰ ਪਾਇਆ ਜਾਂਦਾ ਏ। ਭਾਓ ਭੋਜਨ ਸਤਿਗੁਰ ਤੁਠਾ ਪਾਏ। ਜਿਹੜਾ ਭਾਉ ਪ੍ਰੇਮ ਦਾ ਭੋਜਨ ਹੈ ਨਾ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਤਿਗੁਰੂ ਤੁਰਠਦੇ ਹੈ ਉਦੋਂ ਗੁਰਸਿੱਖ, ਉਦੋਂ ਜੀਵ ਪਾ ਲੈਂਦਾ ਹੈ ਪ੍ਰੇਮ ਦੇ ਭੋਜਨ ਨੂੰ। ਪ੍ਰੇਮ ਦਾ ਭੋਜਨ ਸਾਧ ਸੰਗਤ ਜੀ ਜਿਹਨੂੰ ਪ੍ਰੀਤ ਲੱਗਦੀ ਹੈ ਨਾ, ਜਿਵੇਂ ਬਚਨ ਆਉਂਦਾ ਨਾ ਕਿ ਪਿਆਸਾ ਹੀ ਪਾਣੀ ਦੀ ਕੀਮਤ ਜਾਣਦਾ, ਜਿਹਨੂੰ ਭੁੱਖ ਲੱਗੀ ਹੈ ਨਾ ਸੱਚੇ ਪਾਤਸ਼ਾਹ ਦੇ ਪ੍ਰੇਮ ਦੀ, ਜਿਹਦੇ ਮਨ ਦੇ ਅੰਦਰ ਪ੍ਰੀਤੀ ਪੈਦਾ ਹੋਈ ਹੈ, ਉਹ ਸਤਿਗੁਰੂ ਜੀ ਦੇ ਫਿਰ ਸਾਧ ਸੰਗਤ ਜੀ ਕੋਲੋਂ ਮਹਾਰਾਜ ਦੇ ਦਰ ਤੇ ਸੇਵਾ ਕਰਦੇ ਹੋਏ ਸਤਿਗੁਰੂ ਜਦੋਂ ਉਹਨਾਂ ਤੇ ਤਰੁੱਠਦੇ ਹੈ, ਮਿਹਰਬਾਨ ਹੁੰਦੇ ਹੈ, ਮਹਾਰਾਜ ਤਰੁੱਠ ਕੇ ਕੀ ਦਿੰਦੇ ਹੈ, ਮਹਾਰਾਜ ਵਾਹਿਗੁਰੂ ਦੇ ਪਿਆਰ ਦਾ ਭੋਜਨ ਪਰੋਸ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਸਿੱਖ ਨੂੰ ਕਹਿੰਦੇ ਲੈ ਭਾਈ ਸਿੱਖਾ ਹੁਣ ਰੱਜ ਰੱਜ ਕੇ ਖਾ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਜੀ ਉਸ ਪਿਆਰ ਦੇ ਭੋਜਨ ਨੂੰ ਸਿੱਖ ਫਿਰ ਆਤਮਕ ਤ੍ਰਿਪਤੀ ਲਈ ਖਾਂਦੇ ਹੈ ਤੇ ਨਿਹਾਲ ਹੋ ਜਾਂਦੇ ਹੈ। ਇਹ ਪ੍ਰੇਮ ਦਾ ਭੋਜਨ ਸਤਿਗੁਰੂ ਜੀ ਕਹਿੰਦੇ ਜਦੋਂ ਭਾਈ ਗੁਰੂ ਨਾਨਕ ਸਾਹਿਬ ਤਰੁੱਠਦੇ ਆ, ਮਿਹਰ ਦੇ ਘਰ ਵਿੱਚ ਆਉਂਦੇ ਆ, ਫਿਰ ਇਹ ਪ੍ਰੇਮ ਦਾ ਭੋਜਨ ਗੁਰਸਿੱਖ ਨੂੰ ਪ੍ਰਾਪਤ ਹੁੰਦਾ ਹੈ। ਅਨਰਸ ਚੁਕੈ ਹਰ ਰਸ ਮਨ ਵਸਾਏ। ਫਿਰ ਅਨਰਸ ਹੋਰ ਜਿਹੜੇ ਰਸ ਵੈ ਨਾ, ਖਾਣ ਦੇ, ਪੀਣ ਦੇ, ਪਹਿਰਨ ਦੇ, ਵੇਖਣ ਦੇ, ਸੁਣਨ ਦੇ, ਸੁੰਘਣ ਦੇ, ਇਹ ਸਾਰੇ ਸਾਧ ਸੰਗਤ ਜੀ ਚੁੱਕ ਜਾਂਦੇ, ਨਾਸ਼ ਹੋ ਜਾਂਦੇ। ਜਿਵੇਂ ਕੋਈ ਤੁਸੀਂ ਬਾਹਲੀ ਮਿੱਠੀ ਚੀਜ਼ ਖਾਓ ਤੇ ਉਸ ਤੋਂ ਬਾਅਦ ਵਿੱਚ ਹੋਵੇ ਤਾਂ ਉਹ ਵੀ ਮਿੱਠੀ, ਪਰ ਉਹਦੇ ਜਿੰਨੀ ਮਿੱਠੀ ਨਾ ਹੋਵੇ ਤੁਹਾਨੂੰ ਫਿਰ ਉਹ ਫਿੱਕੀ ਲੱਗਣੀ ਹੈ। ਤੇ ਜਿਹਨੇ ਅਜੇ ਮਿੱਠਾ ਨਹੀਂ ਖਾਧਾ ਕੋਈ ਜ਼ਿਆਦਾ, ਜੇ ਉਹਨੂੰ ਦਿਓਗੇ ਤੇ ਉਹਨੇ ਕਹਿਣਾ ਇਹ ਮਿੱਠਾ ਹੀ ਹੈ ਤੇ ਤੁਹਾਨੂੰ ਨਹੀਂ ਮਿੱਠਾ ਲੱਗਣਾ, ਕਿਉਂਕਿ ਤੁਸੀਂ ਜ਼ਿਆਦਾ ਮਿੱਠੇ ਵਾਲਾ ਕੋਈ ਪਦਾਰਥ ਛੱਕ ਲਿਆ। ਇਸ ਤਰ੍ਹਾਂ ਸਾਧ ਸੰਗਤ ਜੀ ਰਸ ਤਾਂ ਇਹਨਾਂ ਵਿੱਚ ਹੈ ਨਾ, ਜੀਵ ਤਾਂ ਹੀ ਤਾਂ ਵੇਖਣ ਦੇ ਵਿੱਚ ਫਸਿਆ ਰਹਿੰਦਾ, ਤਾਂ ਹੀ ਤਾਂ ਇਹ ਸਾਧ ਸੰਗਤ ਜੀ ਰਸਨਾ ਦੇ ਰਸ ਵਿੱਚ ਮਨ ਫਸਿਆ ਰਹਿੰਦਾ ਕਿ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਨੂੰ ਖਾਣਾ ਚਾਹੁੰਦੀ ਹੈ ਜੀਭਾ ਵੀ, ਕੰਨਾਂ ਦੇ ਸੁਣਨ ਦਾ ਕਿੱਡਾ ਰਸ ਚਿੰਬੜਿਆ ਹੋਇਆ। ਰਸ ਤਾਂ ਹੈਗਾ ਹੀ ਇਹਨਾਂ ਵਿੱਚ, ਪਰ ਜਿਹੜਾ ਮਹਾਰਸ ਵੈ ਨਾ ਨਾਮ, ਇਸ ਕਰਕੇ ਉਹ ਚੱਖਿਆ ਨਹੀਂ ਹੈ ਤੇ ਇਹਨਾਂ ਦਾ ਹੀ ਸਵਾਦ ਆਈ ਜਾਂਦਾ।
ਜਦੋਂ ਗੁਰੂ ਸਾਹਿਬ ਜੀ ਤਰੁੱਠਦੇ ਆ, ਪ੍ਰੇਮ ਦਾ ਭੋਜਨ ਪ੍ਰਾਪਤ ਹੁੰਦਾ, ਜਦੋਂ ਨਾਮ ਮਹਾਰਸ ਮਿੱਠਾ ਰਸ ਚੱਖਿਆ ਨਾ, ਉਦੋਂ ਫਿਰ ਸਾਰੇ ਫਿੱਕੇ ਲੱਗਣ ਲੱਗ ਪੈਂਦੇ ਆ। ਫਿਰ ਸਾਧ ਸੰਗਤ ਜੀ ਨਾ ਵੇਖਣ ਦਾ ਰਸ ਰਹਿ ਜਾਂਦਾ, ਇਸ ਕਰਕੇ ਰੂਪ ਵੇਖਣੋਂ ਹਟ ਜਾਂਦੇ ਆ, ਨਾ ਸੰਸਾਰ ਦੇ ਰਾਗ ਨਾਦ ਸੁਣਨ ਦਾ ਰਸ ਰਹਿ ਜਾਂਦਾ, ਇਸ ਕਰਕੇ ਕਿ ਪ੍ਰਭੂ ਦਾ ਨਾਮ ਹੀ ਫਿਰ ਸੁਣਨ ਲੱਗ ਜਾਂਦੇ ਆ। ਰਸਨਾ ਤੋਂ ਵੀ ਸਵਾਦਾਂ ਦਾ ਰਸ ਚੱਕਿਆ ਜਾਂਦਾ, ਕਿਉਂਕਿ ਰਸਨਾ ਜਿਹੜੀ ਹੈ ਪ੍ਰਭੂ ਦੇ ਨਾਮ ਦਾ ਰਸ ਚੱਖ ਲੈਂਦੀ ਹੈ, ਇੰਨਾ ਮਿੱਠਾ ਨਾਮ ਰਸ ਚੱਖ ਲੈਂਦੀ ਹੈ, ਇਹਨੂੰ ਫਿਰ ਹੋਰ ਪਦਾਰਥ ਮਿੱਠੇ ਹੀ ਨਹੀਂ ਲੱਗਦੇ, ਸਭ ਫਿੱਕੇ ਭਾਸਣ ਲੱਗ ਪੈਂਦੇ ਆ। ਤੋ ਹਜ਼ੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਮਨ ਰਸ ਚੁਕੈ ਹਰ ਰਸ ਮਨ ਵਸਾਏ। ਜਦੋਂ ਹਰੀ ਰਸ ਮਨ ਵਿੱਚ ਆ ਕਰਕੇ ਵਸ ਜਾਂਦਾ, ਹੋਰ ਜਿਹੜੇ ਰਸ ਹਨ, ਅੰਨ ਦਾ ਅਰਥ ਹੁੰਦਾ ਹੋਰ, ਹੋਰ ਜਿੰਨੇ ਵੀ ਰਸ ਹਨ ਪਹਿਰਨ ਦੇ, ਖਾਣ ਦੇ, ਸਾਧ ਸੰਗਤ ਜੀ ਸਰੀਰ ਦੇ, ਉਹ ਸਾਰੇ ਹੀ ਚੁੱਕ ਜਾਂਦੇ ਆ, ਖਤਮ ਹੋ ਜਾਂਦੇ ਆ, ਸਮਾਪਤ ਹੋ ਜਾਂਦੇ ਆ। ਸੱਚ ਸੰਤੋਖ ਸਹਿਜ ਸੁਖ ਬਾਣੀ। ਮਹਾਰਾਜ, ਉਸ ਸਿੱਖ ਦੀ ਕੋਈ ਅਵਸਥਾ ਦੱਸੋ ਕਿ ਬਾਹਰੋਂ ਕਿਹੋ ਜਿਹੇ ਦਿਸਦੇ ਹੈ। ਤਾਂ ਹਜ਼ੂਰ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਸੱਚ ਸੰਤੋਖ ਸਹਿਜ ਸੁਖ ਬਾਣੀ। ਮਹਾਰਾਜ ਕਹਿੰਦੇ ਉਹ ਸੱਤ ਪ੍ਰਤੱਗੀ ਹੁੰਦੇ ਆ ਗੁਰਸਿੱਖੋ, ਝੂਠ ਨਹੀਂ ਬੋਲਦੇ, ਜਿਹੜੇ ਵਾਹਿਗੁਰੂ ਦੇ ਪਿਆਰ ਵਿੱਚ ਸਦਾ ਨਿਮਗਨ ਰਹਿੰਦੇ ਆ ਨਾ, ਜਿਹੜੇ ਨਾਮ ਰਸ ਨੂੰ ਚੱਖਦੇ, ਉਹਨਾਂ ਦਾ ਜੀਵਨ ਸੱਤ ਪ੍ਰਤੱਗੀ ਹੁੰਦਾ, ਸਦਾ ਆਪਣੇ ਮੁੱਖ ਤੋਂ ਸੱਚ ਬੋਲਦੇ ਆ। ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਚਿੱਤ ਸੰਤੋਖੀ ਹੁੰਦਾ, ਉਹਨਾਂ ਨੂੰ ਕਿਸੇ ਚੀਜ਼ ਦਾ ਲੋਭ ਨਹੀਂ ਹੁੰਦਾ, ਕਿਸੇ ਪ੍ਰਕਾਰ ਉਹਨਾਂ ਦਾ ਚਿੱਤ ਲਛੂ ਲਛੂ ਨਹੀਂ ਕਰਦਾ ਪਦਾਰਥਾਂ ਵਾਸਤੇ, ਨਹੀਂ ਉਹ ਤਾਂ ਸੰਤੋਖੀ ਹੁੰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬਾਹਰੋਂ ਲੱਛਣ ਉਹਨਾਂ ਦਾ ਪ੍ਰਗਟ ਹੁੰਦਾ। ਫਿਰ ਸਹਿਜ ਸ਼ਾਂਤੀ ਦੇ ਸਾਧ ਸੰਗਤ ਜੀ ਉਹ ਸਾਗਰ ਹੁੰਦੇ, ਸ਼ਾਂਤੀ ਉਹਨਾਂ ਦੇ ਚਿਹਰੇ ਤੇ ਭਾਸਦੀ ਹੁੰਦੀ ਹੈ, ਕੋਈ ਤਪਦਾ ਮਨ ਵੀ ਵੇਖੇ ਤੇ ਉਹਨਾਂ ਨੂੰ ਠੰਡ ਪੈ ਜਾਂਦੀ ਹੈ। ਇਹ ਹੈ ਨਿਸ਼ਾਨੀ ਸਾਧ ਕੀ, ਜਿਸ ਭੇਟਤ ਤਰੀ ਹੈ, ਜਿਹਦਾ ਦਰਸ਼ਨ ਵੇਖ ਕੇ ਬਲ ਦੇ ਚਿੱਤ ਨੂੰ ਠੰਡ ਪੈ ਜਾਵੇ। ਮਹਾਰਾਜ ਕਹਿੰਦੇ ਭਾਈ ਨਾਮ ਰਸੀਏ ਦੀ ਨਿਸ਼ਾਨੀ ਹੈ, ਜਿਸ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਨਾਮ ਰਸ ਚੱਖਿਆ ਨਾ, ਉਹਦੇ ਚਿਹਰੇ ਤੇ ਸ਼ਾਂਤ ਜਿਹੜਾ ਹੈ ਨਾ ਉਹ ਰਸ ਹੁੰਦਾ ਹੈ, ਤੇ ਫਿਰ ਸਹਿਜ ਗਿਆਨ ਅਰੂੜ ਰਹਿੰਦੀ ਉਹਨਾਂ ਦੀ ਬਿਰਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਫਿਰ ਸੁਖ ਬਾਣੀ, ਆਪਣੇ ਮੁੱਖ ਤੋਂ ਜਦੋਂ ਬੋਲਦੇ ਆ ਨਾ ਬਾਣੀ, ਬਚਨ ਬੋਲਦੇ ਆ ਤੇ ਬੜਾ ਹੀ ਸੁਖਦਾਈ ਬਚਨ ਬੋਲਦੇ ਆ। ਜਦੋਂ ਜੀਵ ਸੁਣਦੇ ਉਹਨਾਂ ਦੇ ਮੁੱਖ ਤੋਂ ਨਿਕਲਿਆ ਬਚਨ, ਜਿਹੜਾ ਜਿਹੜਾ ਸੁਣਦਾ ਉਹਨੂੰ ਬੜਾ ਹੀ ਸੁੱਖ ਮਿਲਦਾ, ਇੰਨਾ ਮਿੱਠਾ ਬੋਲਦੇ ਆ, ਇੰਨੀ ਹਲੀਮੀ ਨਾਲ ਬੋਲਦੇ ਆ, ਇੰਨੀ ਨਿਮਰਤਾ ਰੱਖਦੇ ਆ, ਸੰਸਾਰ ਵਿੱਚ ਐਡਾ ਮਾਣ, ਸਭ ਜੈ ਜੈਕਾਰਾਂ ਕਰਦੇ, ਸਭ ਚਰਨਾਂ ਤੇ ਝੁਕਦੇ ਆ, ਪਰ ਫਿਰ ਵੀ ਆਪਣੇ ਆਪ ਨੂੰ ਸਭ ਦੇ ਚਰਨਾਂ ਦੀ ਧੂੜ ਸਮਝਦੇ ਆ, ਸੁਖ ਬਾਣੀ ਆਪਣੇ ਮੁੱਖ ਤੋਂ ਬੋਲਦੇ ਆ। ਜਿਹੜਾ ਨਾਮ ਰਸ ਨਹੀਂ ਚੱਖਦਾ, ਹੋਰਨਾਂ ਰਸਾਂ ਨੂੰ ਚੱਖਦਾ, ਜਦੋਂ ਬੋਲਦਾ ਆਪਣੇ ਮੁੱਖ ਤੋਂ ਦੁੱਖ ਬਾਣੀ ਬੋਲਦਾ, ਉਹ ਜਦੋਂ ਬੋਲਦਾ ਜੀਆਂ ਦੇ ਰਿਹਦੇ ਦੁਖਾ ਦਿੰਦਾ। ਬੜਾ ਸਾਧ ਸੰਗਤ ਜੀ ਕ੍ਰੋਧ ਵਿੱਚ ਆ ਕਰਕੇ ਬੋਲਦਾ, ਕਈਆਂ ਦੇ ਚਿੱਤ ਟੁੱਟ ਜਾਂਦੇ ਆ, ਬਹੁਤ ਅਸ਼ਾਂਤੀ ਫੈਲਾ ਦਿੰਦਾ। ਮਹਾਰਾਜ ਕਹਿੰਦੇ ਬਾਹਰੀ ਗੁਣ ਰੱਬ ਦੇ ਪਿਆਰੇ ਦੇ ਅੰਦਰ ਹੁੰਦੇ ਆ। ਸਤਿਗੁਰੂ ਜੀ ਕਹਿੰਦੇ ਜਦੋਂ ਬੋਲਦੇ ਆ ਸੁੱਖ ਬਾਣੀ ਆਪਣੇ ਮੁੱਖ ਤੋਂ ਬੋਲਦੇ ਆ, ਐਸੀ ਉਹਨਾਂ ਦੀ ਬਾਣੀ ਪਵਿੱਤਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਆਤਮਕ ਆਨੰਦ ਦਾ ਸੁੱਖ ਮਹਾਰਾਜ ਕਹਿੰਦੇ ਸਦਾ ਭਾਈ ਰਹਿੰਦਾ ਏ। ਪੂਰੇ ਗੁਰ ਤੇ ਪਾਵਣਿਆ, ਇਹ ਦਾਤ ਮਹਾਰਾਜ ਕਿੱਥੋਂ ਪ੍ਰਾਪਤ ਹੁੰਦੀ ਹੈ? ਹਜ਼ੂਰ ਕਹਿੰਦੇ ਪੂਰੇ ਗੁਰ ਤੇ ਪਾਵਣਿਆ,
ਭਾਈ ਪੂਰੇ ਗੁਰੂ ਤੋਂ ਪਾਈ ਜਾਂਦੀ ਹੈ। ਪੂਰੇ ਗੁਰੂ ਜੀ ਤੋਂ ਬਿਨਾ ਸਤ ਪ੍ਰਤੱਗੀ ਨਹੀਂ ਹੋ ਸਕੀਦਾ। ਸੱਚੇ ਪਾਤਸ਼ਾਹ ਆਪ ਹਜ਼ੂਰ ਕਿੰਨੇ ਸਤ ਪ੍ਰਤੱਗੀ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਨਾ ਆਪਣੇ ਬਰਾਬਰ ਤੋਰਦੇ ਸੀ ਬਾਂਹ ਫੜ ਕੇ ਕਿ ਸਾਡੇ ਬਰਾਬਰ ਤੁਰੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਿਰ ਵੀ ਸਤਿਗੁਰੂ ਸੰਕੋਚ ਕਰਦੇ ਸੀ ਕਿ ਗੁਰੂ ਦੇਵ ਤੋਂ ਅੱਗੇ ਨਾ ਹੋ ਕੇ ਤੁਰੀਏ, ਆਪਣੇ ਸਰੀਰ ਨੂੰ ਸੰਕੋਚ ਕੇ ਮਹਾਰਾਜ ਚੱਲਦੇ। ਗੁਰੂ ਅੰਗਦ ਸਾਹਿਬ ਆਪਦੀ ਬਾਜੂ ਪਕੜ ਕੇ ਬਰਾਬਰ ਕਰਦੇ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਰਦਿਆਂ ਤੁਰਦਿਆਂ ਆਪ ਜੀ ਦੀ ਬਾਜੂ ਹਿੱਲ ਕੇ ਗੁਰੂ ਅੰਗਦ ਸਾਹਿਬ ਦੇ ਸਰੀਰ ਤੋਂ ਅੱਗੇ ਚਲੀ ਗਈ ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨਾ ਮਨ ਮਹਾਰਾਜ ਦਾ ਬਰਾਗ ਵਿੱਚ ਆਇਆ ਕਿ ਇਹ ਸਾਡੀ ਬਾਂਹ ਨੇ ਗੁਰੂ ਦੇਵ ਦਾ ਅਦਬ ਨਹੀਂ ਕੀਤਾ, ਇਹ ਬਾਂਹ ਸਰੀਰ ਨਾਲੋਂ ਕੱਟ ਹੀ ਦੇਣੀ ਚਾਹੀਦੀ ਹੈ। ਫਿਰ ਮਨ ਵਿੱਚ ਖਿਆਲ ਕੀਤਾ ਜੇ ਅੰਗ ਭੰਗ ਕੀਤਾ ਤਾਂ ਗੁਰੂ ਦੇਵ ਨਾਰਾਜ਼ ਹੋ ਜਾਣਗੇ, ਮਨੋਂ ਭੁਲਾ ਦੇਣਾ ਅਤੇ ਕੱਟ ਦੇਣਾ ਇੱਕੋ ਹੀ ਗੱਲ ਹੈ, ਅੱਜ ਤੋਂ ਅਸੀਂ ਇਸ ਬਾਂਹ ਤੋਂ ਕੰਮ ਨਹੀਂ ਲੈਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਿਆਈ ਦੇ ਮਾਲਕ ਹੋਏ ਪਰ ਸਤਿਗੁਰੂ ਜੀ ਨੇ ਆਪਣੀ ਬਾਜੂ ਜਿਹੜੀ ਸੀ ਸਾਧ ਸੰਗਤ ਜੀ ਉਹ ਛਾਤੀ ਨਾਲ ਲਾ ਕੇ ਮਹਾਰਾਜ ਸੁਕਾ ਦਿੱਤੀ, ਉਸ ਬਾਂਹ ਤੋਂ ਕਦੇ ਮਹਾਰਾਜ ਕੰਮ ਨਹੀਂ ਲਿਆ। ਇੰਨੇ ਸੱਚੇ ਪਾਤਸ਼ਾਹ ਜੀ ਸਤ ਪ੍ਰਤੱਗੀ, ਇਹ ਦਾਤ ਪੂਰੇ ਗੁਰੂ ਜੀ ਦੀ ਸੇਵਾ ਤੋਂ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਪੂਰੇ ਗੁਰੂ ਜੀ ਦਾ ਇੰਨਾ ਆਦਬ ਕਰਦੇ, ਆਪਾਂ ਸਤਿਗੁਰੂ ਜੀ ਦਾ ਇੰਨਾ ਆਦਬ ਕਰਨਾ ਸਿੱਖੀਏ ਤੇ ਇਹ ਦਾਤਾਂ ਆਪਣੇ ਆਪ ਹੀ ਸੁਤੇ ਹੀ ਅੰਦਰ ਆ ਕੇ ਪ੍ਰਵੇਸ਼ ਕਰਦੀਆਂ। ਪਰ ਕੀ ਹੈ ਕਿ ਅਸੀਂ ਮਹਾਰਾਜ ਨੂੰ ਪ੍ਰਤੱਖ ਨਹੀਂ ਵੇਖਦੇ, ਸਤਿਗੁਰੂ ਦਾ ਭਾਵਨਾ ਨਾਲ ਸਤਿਕਾਰ ਨਹੀਂ ਕਰਦੇ, ਜਿਸ ਕਰਕੇ ਇਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਮਹਾਰਾਜ ਕਹਿੰਦੇ ਆ ਪੂਰੇ ਗੁਰ ਤੇ ਪਾਵਣੇ ਆ, ਪੂਰੇ ਗੁਰੂ ਜੀ ਤੋਂ ਪਾਈ ਹੈ ਜਿਸ ਨੇ ਵੀ ਇਹ ਦਾਤ ਪਾਈ ਹੈ। ਪਹਿਲੋਂ ਵੀ ਪਹਿਲਿਆਂ ਯੁੱਗਾਂ ਵਿੱਚ ਮਹਾਰਾਜ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਇਹ ਬਖਸ਼ਿਸ਼ ਕਰਨ ਵਾਲਾ ਕੋਈ ਨਹੀਂ ਹੈ, ਹੁਣ ਵੀ ਗੁਰੂ ਸਾਹਿਬ ਤੋਂ ਬਿਨਾਂ ਕੋਈ ਨਹੀਂ ਬਖਸ਼ਿਸ਼ ਕਰ ਸਕਦਾ, ਆਉਣ ਵਾਲੇ ਸਮੇਂ 'ਚ ਵੀ ਗੁਰੂ ਸਾਹਿਬ ਤੋਂ ਬਿਨਾਂ ਕੋਈ ਦਾਤ ਨਹੀਂ ਦੇ ਸਕਦਾ, ਜਿਹੜਾ ਵੀ ਪਾਵੇਗਾ ਪੂਰੇ ਗੁਰੂ ਜੀ ਦੀ ਕਿਰਪਾ ਨਾਲ ਹੀ ਪਾਵੇਗਾ। ਸਤਿਗੁਰ ਨਾ ਸੇਵੈ ਹੈ ਮੂਰਖ ਅੰਧ ਗਵਾਰਾ, ਜਿਹੜਾ ਸਤਿਗੁਰੂ ਜੀ ਦੀ ਸੇਵਾ ਨਹੀਂ ਕਰਦਾ ਮਹਾਰਾਜ ਕਹਿੰਦੇ ਤਾਂ ਮੂਰਖੀ ਹੈ ਭਾਈ, ਜਨਮ ਲੈ ਕਰਕੇ ਪੂਰੇ ਗੁਰੂ ਜੀ ਦੀ ਸੇਵਾ ਨਹੀਂ ਕਰਦਾ ਮੂਰਖ ਵੈ, ਅੰਨਾ ਵਕਾਰਾਂ ਕਰਕੇ ਗਾਵਾਰ ਬੇਸਮਝ ਹੈ। ਫਿਰ ਓਏ ਕਿਥੋਂ ਪਾਇਨ ਮੁਖ ਦੁਆਰਾ, ਹੁਣ ਮਨੁੱਖਾ ਜਨਮ ਮਿਲਿਆ ਤੇ ਹੱਡ ਪੈਰ ਗੁਰੂ ਜੀ ਦੀ ਸੇਵਾ ਚ ਸਫਲੇ ਨਹੀਂ ਕੀਤੇ, ਮਹਾਰਾਜ ਕਹਿੰਦੇ ਦੱਸੋ ਭਾਈ ਫਿਰ ਕਿੱਥੇ ਜਾ ਕਰਕੇ ਮੋਕਸ਼ ਦਾ ਦੁਆਰਾ ਪਾਵੇਗਾ। ਜੇ ਮਨੁੱਖਾ ਜਨਮ ਵਿੱਚ ਪੂਰੇ ਗੁਰੂ ਜੀ ਦੀ ਸੇਵਾ ਨਹੀਂ ਕਰ ਸਕਿਆ ਤੇ ਫਿਰ ਹੋਰ ਜੂਨਾਂ ਵਿੱਚ ਜਾ ਕਰਕੇ ਕਿਵੇਂ ਪੂਰੇ ਗੁਰੂ ਜੀ ਦੀ ਸੇਵਾ ਕਰ ਲਏਗਾ, ਕਿੱਥੋਂ ਮੁਕਤੀ ਦਾ ਦੁਆਰਾ ਪਾਵੇਗਾ ਜੇ ਪੂਰੇ ਗੁਰੂ ਜੀ ਦੀ ਸੇਵਾ ਨਾ ਕੀਤੀ ਤਾਂ। ਮਰ ਮਰ ਜਮੈ ਹੈ ਫਿਰ ਫਿਰ ਆਵੈ ਹੈ, ਮਹਾਰਾਜ ਫਿਰ ਉਹ ਉਹਨਾਂ ਦਾ ਕੀ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਮਰ ਮਰ ਕੇ ਜੰਮਦੇ ਰਹਿੰਦੇ ਹੈ, ਫਿਰ ਫਿਰ ਕਰਕੇ ਵਾਸ਼ਨਾ ਕਰਕੇ ਹਜ਼ੂਰ ਕਹਿੰਦੇ ਭਾਈ ਆਉਂਦੇ ਰਹਿੰਦੇ ਆ ਸੰਸਾਰ ਦੇ ਅੰਦਰ, ਵਾਸ਼ਨਾ ਹੀ ਸਰੀਰ ਬਾਰ ਬਾਰ ਦਿੰਦੀ ਹੈ, ਮਰ ਮਰ ਕੇ ਜਨਮਦੇ ਆ, ਬਾਰ ਬਾਰ ਆਉਂਦੇ ਆ ਲੈ ਲੈ ਕੇ ਜਨਮ, ਜਮ ਦਰ ਚੋਟਾਂ ਖਾਵਣਿਆ, ਤੇ ਜਮ ਦੇ ਦਰ ਦੇ ਅੰਦਰ ਬੰਨੇ ਹੋਏ ਮਹਾਰਾਜ ਕਹਿੰਦੇ ਭਾਈ ਚੋਟਾਂ ਖਾਂਦੇ ਆ ਫਿਰ ਮਾਰ ਖਾਂਦੇ ਆ, ਪੂਰੇ ਗੁਰੂ ਤੋਂ ਬਿਨਾਂ ਕੌਣ ਛਡਾਵੇ। ਇੱਥੇ ਤਾਂ ਸਾਧ ਸੰਗਤ ਜੀ ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਕਈ ਗੁਰੂ ਘਰੋਂ ਸਾਰੀਆਂ ਸੇਵਾਵਾਂ ਲੈਂਦੇ ਹੈ ਪਰ ਇੱਕ ਡੱਕਾ ਭੰਨ ਕੇ ਸੇਵਾ ਦਾ ਦੋਹਰਾ ਨਹੀਂ ਕਰਦੇ, ਇਹੋ ਜਿਹੀ ਹਾਲਤ ਹੈ। ਮਹਾਰਾਜ ਕਹਿੰਦੇ ਭਾਈ ਫਿਰ
ਕਿ ਚੋਟਾਂ ਹੀ ਮੂੰਹ ਤੇ ਖਾਣੀਆਂ ਪੈਣੀਆਂ ਨਾ ਸਰੀਰ ਕਰਕੇ, ਜੇ ਗੁਰੂ ਘਰ ਦੀ ਸੰਗਤ ਮਿਲੀ ਹੈ ਤੇ ਗੁਰੂ ਜੀ ਦੀ ਸੇਵਾ ਕਰ ਲੈਣੀ ਚਾਹੀਦੀ ਹੈ, ਫਿਰ ਕਿੱਥੇ ਮੁਕਤੀ ਦਾ ਦੁਆਰਾ ਮਿਲਣਾ ਜੇ ਇਹ ਮੌਕਾ ਖੁੰਝ ਗਿਆ ਤਾਂ। ਹਜ਼ੂਰ ਕਹਿੰਦੇ ਜੇ ਨਹੀਂ ਕੀਤੀ ਸੇਵਾ ਪੂਰੇ ਗੁਰੂ ਜੀ ਦੀ ਤਾਂ ਫਿਰ ਬਾਰ ਬਾਰ ਜੰਮ ਦੇ ਦਰ ਵਿੱਚ ਬੰਨਿਆ ਹੋਇਆ ਧਰਮ ਰਾਜੇ ਦੀ ਕਚਹਿਰੀ ਵਿੱਚ ਮਾਰ ਖਾਵੇਗਾ, ਚੋਟਾਂ ਖਾਵੇਗਾ ਨਰਕਾਂ ਵਿੱਚ। ਸ਼ਬਦ ਸਾਧ ਜਾਣ ਹੈ ਤਾਂ ਆਪ ਪਛਾਣ ਹੈ, ਜੇ ਸ਼ਬਦ ਦੇ ਸਵਾਦ ਨੂੰ ਜਾਣੇ ਨਾ ਤਾਂ ਆਪੇ ਦੀ ਪਛਾਣ ਆਉਂਦੀ ਹੈ। ਜਿੰਨਾ ਚਿਰ ਸ਼ਬਦ ਦਾ ਰਸ ਹੀ ਨਹੀਂ ਆਇਆ ਉਨਾ ਚਿਰ ਆਪਣੇ ਆਪ ਨੂੰ ਕੀ ਪਹਿਚਾਨਣਾ ਹੈ, ਭੁੱਲਿਆ ਭਟਕਿਆ ਹੀ ਰਹਿੰਦਾ ਹੈ। ਬਾਹਰੋਂ ਵੇਖਣ ਨੂੰ ਤਾਂ ਸਾਧ ਸੰਗਤ ਜੀ ਭਾਵੇਂ ਵੇਖੋ ਸੰਤ ਵਾਲਾ ਲਿਬਾਸ ਪਾ ਲਈਦਾ, ਮਹਾਰਾਜ ਕਹਿੰਦੇ ਜੇ ਸ਼ਬਦ ਦਾ ਸਵਾਦ ਨਹੀਂ ਆਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪੇ ਨੂੰ ਭਾਈ ਪਹਿਚਾਣਿਆ ਨਹੀਂ ਜਾਂਦਾ। ਨਿਰਮਲ ਬਾਣੇ ਸ਼ਬਦ ਵਖਾਣ ਹੈ, ਜੇ ਸ਼ਬਦ ਨੂੰ ਉਚਾਰਨ ਕਰੇ ਨਾ ਤੇ ਬਾਣੀ ਨਿਰਮਲ ਹੋ ਜਾਂਦੀ ਹੈ, ਸ਼ੁੱਧ ਹੋ ਜਾਂਦੀ ਹੈ, ਤਾਂ ਹੀ ਤਾਂ ਇੰਨੀ ਮਿਠਾਸ ਹੁੰਦੀ ਹੈ ਅਭਿਆਸੀਆਂ ਦੀ ਰਸਨਾ ਦੇ ਉੱਤੇ, ਕਿਉਂਕਿ ਨਾਮ ਜਪਦੇ ਐ ਰਿਹਾ ਜਿਹੜਾ ਹੈ ਨਾ ਦ੍ਰਵੀ ਭੂਤ ਹੋ ਜਾਂਦਾ, ਕਿਸੇ ਦਾ ਦੁੱਖ ਵੇਖ ਕੇ ਸਹਾਰਿਆ ਨਹੀਂ ਜਾਂਦਾ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੀ ਬਾਣੀ ਨਿਰਮਲ ਹੁੰਦੀ ਹੈ, ਸ਼ੁੱਧ ਹੁੰਦੀ ਹੈ। ਤੇ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਗੁਰੂ ਜੀ ਦੀ ਭਾਈ ਬਾਣੀ ਜਿਹੜੀ ਹੈ ਨਾ ਸ਼ੁੱਧ ਸਰੂਪ ਹੈ, ਤੇ ਸ਼ੁੱਧ ਸਰੂਪ ਬਾਣੀ ਦਾ ਆਭਾਸ ਜਿਹੜਾ ਗੁਰਸਿੱਖ ਨੂੰ ਸ਼ਬਦ ਦੇ ਉਚਾਰਨ ਨਾਲ ਪ੍ਰਾਪਤ ਹੁੰਦਾ ਏ। ਸੱਚੇ ਸੇਵ ਸਦਾ ਸੁਖ ਪਾਇਨ, ਸੱਚੇ ਨਾਮ ਦੀ ਸੇਵਾ ਕਰਦੇ ਭਾਵ ਸੱਚੇ ਨਾਮ ਨੂੰ ਜਪਦੇ ਹੋਏ ਸਦਾ ਗੁਰਸਿੱਖ ਸੁਖ ਪਾਉਂਦੇ, ਆਤਮਕ ਸੁਖ ਪਾਉਂਦੇ ਆ। ਨੌ ਨਿਧ ਨਾਮ ਮਨ ਵਸਾਵਣਿਆ, ਨਾਮ ਨੂੰ ਮਨ ਵਿੱਚ ਵਸਾਉਣੇ ਕਰਕੇ ਨੌ ਨਿਧੀਆਂ 18 ਸਿੱਧੀਆਂ ਸੰਪੂਰਨ ਹੋ ਜਾਂਦੀਆਂ ਨੇ। ਸੋਥਾਨ ਸੁਹਾਇਆ ਜੋ ਹਰ ਮਨ ਪਾਇਆ, ਮਹਾਰਾਜ ਕਹਿੰਦੇ ਉਹ ਹੀ ਰਿਦਾ ਰੂਪੀ ਥਾਂ ਗੁਰਸਿੱਖੋ ਸੁਭ ਗੁਣਾਂ ਦੇ ਨਾਲ ਸੁਹਾਇਆ ਏ, ਸੋਭ ਨੀਕ ਹੋਇਆ ਹੈ ਜਿਹੜਾ ਮਹਾਰਾਜ ਕਹਿੰਦੇ ਰਿਦਾ ਰੂਪੀ ਥਾਂ ਮੇਰੇ ਵਾਹਿਗੁਰੂ ਦੇ ਮਨ ਵਿੱਚ ਪਾਇਆ ਹੈ। ਸਤ ਸੰਗਤ ਬਹਿ ਹਰ ਗੁਣ ਗਾਇਆ, ਸਤ ਸੰਗਤ ਦੇ ਅੰਦਰ ਬਹਿ ਕਰਕੇ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ ਉਹ ਰਿਦਾ ਰੂਪੀ ਥਾਂ ਸੋਭ ਨੀਕ ਹੋ ਜਾਂਦਾ ਤੇ ਵਾਹਿਗੁਰੂ ਨੂੰ ਉਹ ਰਿਦਾ ਪਾ ਜਾਂਦਾ ਏ। ਅਨ ਦਿਨ ਹਰ ਸਾਲਾ ਹੈ ਸਾਚਾ, ਰਾਤ ਦਿਨ ਹੀ ਉਹ ਸੱਚੇ ਨੂੰ ਸਲਾਉਂਦੇ ਰਹਿੰਦੇ ਆ, ਵਾਹਿਗੁਰੂ ਦੀ ਉਸਤਤ ਕਰਦੇ, ਉਹਨਾਂ ਦੇ ਮਨ ਨਹੀਂ ਥੱਕਦੇ, ਰਸਨਾ ਨਹੀਂ ਥੱਕਦੀ, ਕਦੇ ਅਕੇਵਾਂ ਨਹੀਂ ਆਉਂਦਾ, ਰਾਤ ਦਿਨ ਹੀ ਮਹਾਰਾਜ ਦਾ ਨਾਮ ਜਪਦੇ ਰਹਿੰਦੇ ਆ। ਨਿਰਮਲ ਨਾਦ ਵਜਾਵਣ, ਸ਼ੁੱਧ ਕਰ ਦੇਣ ਵਾਲਾ ਜਿਹੜਾ ਨਾਦ ਹੈ ਨਾ ਸ਼ਬਦ ਦਾ ਨਾਦ, ਉਹਨੂੰ ਵਜਾਵਣਿਆ ਵਜਾਉਂਦੇ ਰਹਿੰਦੇ ਆ। ਸ਼ਬਦ ਦਾ ਨਾਦ ਕੀ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਨਾਦ ਹਰ ਸਮੇਂ ਪੂਰਦੇ ਰਹਿੰਦੇ ਆ, ਇਹ ਅੰਦਰ ਨਾਦ ਪੂਰਦੇ ਰਹਿੰਦੇ ਆ, ਬਾਹਰੋਂ ਰਸਨਾ ਨਾਲ ਇਹ ਨਾਦ ਪੂਰਦੇ ਰਹਿੰਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਇਹ ਨਾਦ ਆਪਣੇ ਆਪ ਵਿੱਚ ਨਿਰਮਲ ਵੈ ਨਾ ਸ਼ੁੱਧ ਵੈ, ਤੇ ਇਸ ਆਵਾਜ਼ ਨਾਲ ਇਸ ਧੁਨੀ ਨਾਲ ਮੈਲੇ ਚਿੱਤ ਵੀ ਸ਼ੁੱਧ ਹੋ ਜਾਂਦੇ ਆ। ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ, ਮਨ ਮੁਖਾਂ ਦੇ ਕੋਲ ਮਹਾਰਾਜ ਕਹਿੰਦੇ ਭਾਈ ਖੋਟੀ ਵਿਕਾਰਾਂ ਦੀ ਰਾਸ ਪੂੰਜੀ ਹੁੰਦੀ ਹੈ, ਇਕੱਠੇ ਜੂ ਉਹ ਜੋ ਇਕੱਠਾ ਕੀਤਾ ਉਹੋ ਹੀ ਹੋਣਾ ਨਾ, ਤੇ ਵਿਕਾਰ ਇਕੱਠੇ ਕੀਤੇ ਆ ਨੇਤਰਾਂ ਨਾਲ ਵੇਖ ਵੇਖ ਕੇ, ਕੰਨਾਂ ਨਾਲ ਭੈੜੇ ਗੀਤ ਸੁਣ ਸੁਣ ਕੇ, ਰਸਨਾ ਨਾਲ ਸਾਧ ਸੰਗਤ ਜੀ ਭੋਗ ਭੋਗ ਕੇ, ਤੇ ਵਿਕਾਰ ਹੀ ਕੋਲ ਹੋਣੇ ਆ। ਫਿਰ ਮਹਾਰਾਜ ਕਹਿੰਦੇ ਮਨਮੁੱਖਾਂ ਕੋਲ ਖੋਟੀ ਰਾਸ ਹੁੰਦੀ ਹੈ,
ਖੋਟੀ ਵਕਾਰਾਂ ਦੀ ਪੂੰਜੀ ਹੁੰਦੀ ਹੈ ਤੇ ਖੋਟੇ ਕਰਮਾਂ ਦਾ ਹੀ ਪਸਾਰਾ ਪਸਾਰੀ ਰੱਖਦੇ ਆ। ਕਦੇ ਉਹਨਾਂ ਕੋਲ ਸਾਧ ਸੰਗਤ ਜੀ ਭਲਾ ਕਰਮ ਨਹੀਂ ਹੁੰਦਾ, ਜਦੋਂ ਗੱਲ ਕਰਦੇ ਆ ਕੋਈ ਪੁੱਠੀ ਨਾਸਤਕਾਂ ਵਾਲੀ ਕਰਨਗੇ, ਮਨਮੁੱਖਾਂ ਵਾਲੀ ਗੱਲ ਕਰਨਗੇ, ਖੋਟੇ ਕਰਮਾਂ ਦਾ ਹੀ ਮਹਾਰਾਜ ਕਹਿੰਦੇ ਪਾਪਾਂ ਦਾ ਹੀ ਪਸਾਰਾ ਪਸਾਰੀ ਰੱਖਦੇ ਹਰ ਵੇਲੇ। ਕੂੜ ਕਮਾਵਨ ਦੁੱਖ ਲਾਗੈ ਭਾਰਾ, ਝੂਠੇ ਪਦਾਰਥਾਂ ਨੂੰ ਝੂਠਿਆਂ ਧੰਦਿਆਂ ਨੂੰ ਕਮਾਉਂਦੇ ਰਹਿੰਦੇ ਆ ਮਹਾਰਾਜ ਕਹਿੰਦੇ, ਜਿਸ ਕਰਕੇ ਭਾਈ ਭਾਰੀ ਦੁੱਖ ਲੱਗਦਾ ਹੈ। ਇੱਥੇ ਵੀ ਬੇਚੈਨੀ ਪੱਲੇ ਪੈਂਦੀ ਹੈ, ਬੜੇ ਚਿੰਤਾ ਫਿਕਰ ਝੋਰੇ ਨਹੀਂ ਛੱਡਦੇ, ਤੇ ਪਰਲੋਕ ਵਿੱਚ ਵੀ ਮਹਾਰਾਜ ਕਹਿੰਦੇ ਭਾਈ ਹੁਣ ਧੰਦੇ ਤਾਂ ਨਹੀਂ ਨਾ ਕੰਮ ਆ ਸਕਦੇ ਜੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਬੜੀ ਭਾਰੀ ਮਾਰ ਸਹਾਰਨੀ ਪੈਂਦੀ ਹੈ, ਬੜਾ ਭਾਰੀ ਦੁੱਖ ਲੱਗਦਾ ਹੈ। ਭਾਰੀ ਤੋਂ ਅਰਥ ਹੈ ਕਿ ਉਹ ਦੁੱਖ ਨੂੰ ਦੱਸਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਜਦੋਂ ਸਹੇਗਾ ਬੜਾ ਦੁਖੀ ਹੋਵੇਗਾ, ਬੜਾ ਪਛੋਤਾਵਾ ਕਰੇਗਾ, ਭਾਰੀ ਦੁੱਖ ਲੱਗਦਾ ਹੈ। ਭਰਮੇ ਭੁੱਲੇ ਫਿਰਨ ਦਿਨ ਰਾਤੇ, ਭਰਮ ਵਿੱਚ ਭੁੱਲੇ ਹੋਏ ਸੱਚੇ ਪਾਤਸ਼ਾਹ ਕਹਿੰਦੇ ਰਾਤ ਦਿਨ ਤੁਰੇ ਫਿਰਦੇ ਆ, ਭਜਨ ਨਹੀਂ ਕਰਦੇ, ਜਿਵੇਂ ਬਹੁਤ ਜ਼ਿਆਦਾ ਰੁਝੇਵੇਂ ਇਹਨਾਂ ਨੂੰ ਹੁੰਦੇ ਆ। ਤੇ ਜੇ ਕਹੋ ਸਤਸੰਗਤ ਕਰੋ ਕਹਿੰਦੇ ਉੱਥੇ ਵਿਹਲੜ ਬਹਿੰਦੇ ਆ ਜਾ ਕੇ, ਆ ਸਾਨੂੰ ਤਾਂ ਕੰਮ ਬੜੇ ਆ। ਹਜ਼ੂਰ ਕਹਿੰਦੇ ਬੜੇ ਭਾਈ ਇਹ ਧੰਦਿਆਂ 'ਚ ਜਿਹੜੇ ਤੁਰੇ ਫਿਰਦੇ ਆ ਨਾ, ਭਰਮ ਦੇ ਭੁਲੇਖੇ ਹੀ ਪਏ ਹੋਏ ਆ, ਰਾਤ ਦਿਨ ਹੀ ਤੁਰੇ ਫਿਰਦੇ ਆ, ਰਾਤ ਨੂੰ ਸੌਂਦੇ ਨਹੀਂ ਕਿ ਬੜਾ ਸਾਡਾ ਬਿਜ਼ਨਸ ਬੜਾ ਚੱਲ ਰਿਹਾ ਹੈ, ਬੜਾ ਮਾਇਆ ਦਾ ਲਾਹਾ ਖੱਟਣ ਨੂੰ ਆਪਣੇ ਆਪ ਨੂੰ ਚਲਾਕ ਸਮਝਦੇ। ਪਰ ਮਹਾਰਾਜ ਕਹਿੰਦੇ ਭਰਮ ਦੇ ਭੁਲੇਖੇ ਦੇ ਸ਼ਿਕਾਰ ਹੋ ਗਏ ਭਾਈ, ਰਾਤ ਦਿਨ ਹੀ ਤੁਰੇ ਫਿਰਦੇ ਆ। ਮਰ ਜਨਮ ਹੈ ਜਨਮ ਗਵਾਵਣਿਆ, ਮਰ ਮਰ ਕੇ ਜਨਮ ਦੇ ਆ, ਜਨਮ ਧਾਰ ਕੇ ਫਿਰ ਉਹਨਾਂ ਹੀ ਧੰਦਿਆਂ ਵਿੱਚ ਫਸੇ ਰਹਿੰਦੇ ਆ, ਵਕਾਰਾਂ ਵਿੱਚੋਂ ਚਿੱਤ ਹਟਦਾ ਨਹੀਂ। ਤੇ ਮਹਾਰਾਜ ਕਹਿੰਦੇ ਅਮੋਲਕ ਜਨਮ ਗਵਾ ਬਣਿਆ, ਗਵਾ ਲੈਂਦੇ ਹਨ। ਸੱਚਾ ਸਾਹਿਬ ਮੈਂ ਅਤ ਪਿਆਰਾ, ਹਜ਼ੂਰ ਕਹਿੰਦੇ ਭਾਈ ਸੱਚਾ ਸਾਹਿਬ ਜੋ ਮਾਲਕ ਹੈ ਵਾਹਿਗੁਰੂ, ਉਹ ਤਾਂ ਸਾਨੂੰ ਅਤਿਸ਼ੈ ਕਰਕੇ ਬਹੁਤਾ ਹੀ ਪਿਆਰਾ ਹੈ। ਪੂਰੇ ਗੁਰ ਕੈ ਸ਼ਬਦ ਅਧਾਰਾ, ਪੂਰੇ ਗੁਰੂ ਜੀ ਦੇ ਕੋਲੋਂ ਇਹ ਦਾਤ ਮਿਲਦੀ ਹੈ, ਜਦੋਂ ਕਿ ਸਰੀਰ ਦਾ ਮਨ ਦਾ ਪ੍ਰਾਣਾ ਦਾ ਆਧਾਰ ਸ਼ਬਦ ਬਣ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਸ਼ਬਦ ਵਾਹਿਗੁਰੂ ਮੰਤਰ ਉਹ ਪ੍ਰਾਣਾ ਦਾ ਜਿੰਦ ਦਾ ਆਧਾਰ ਬਣ ਜਾਂਦਾ ਏ। ਨਾਨਕ ਨਾਮ ਮਿਲੈ ਵਡਿਆਏ, ਹਜ਼ੂਰ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਕਹਿੰਦੇ ਗੁਰਸਿੱਖੋ ਨਾਮ ਨਾਲ ਵੱਡੀ ਵਡਿਆਈ ਪ੍ਰਾਪਤ ਹੁੰਦੀ ਹੈ। ਜਿਸ ਕਿਸੇ ਨੂੰ ਵੀ ਵਡਿਆਈ ਮਿਲੀ ਹੈ ਨਾ, ਉਹ ਸੱਚੇ ਨਾਮ ਦੀ ਹੀ ਵਡਿਆਈ ਹੈ, ਹੋਰ ਕਿਸੇ ਦੀ ਆਪਣੀ ਕਰਤੂਤ ਕਰਕੇ ਕੋਈ ਵਡਿਆਈ ਨਹੀਂ। ਜਿੰਨੀਆਂ ਵਡਿਆਈਆਂ ਨੇ ਮੇਰੇ ਵਾਹਿਗੁਰੂ ਦੇ ਸੱਚੇ ਨਾਮ ਦੇ ਵਿੱਚ ਹਨ, ਸੱਚੇ ਨਾਮ ਕਰਕੇ ਹੀ ਜੀਆਂ ਨੂੰ ਵਡਿਆਈ ਮਿਲਦੀ ਹੈ। ਦੁੱਖ ਸੁੱਖ ਸਮ ਕਰ ਜਾਣਿਆ, ਕੀ ਵਡਿਆਈ ਮਿਲਦੀ ਹੈ ਜੇ ਕੋਈ ਨਾਮ ਜਪਦਾ ਨਾ। ਮਹਾਰਾਜ ਕਹਿੰਦੇ ਭਾਈ ਦੁੱਖ ਵਿੱਚ ਤੇ ਸੁੱਖ ਵਿੱਚ ਉਹਨੂੰ ਬਿਰਤੀ ਸਮ ਪ੍ਰਾਪਤ ਹੋ ਜਾਂਦੀ ਹੈ, ਬਰਾਬਰ ਹੋ ਜਾਂਦੀ ਉਹਦੀ ਬਿਰਤੀ। ਸਮ ਕਰ ਜਾਣਿਆ, ਸਮ ਬਰਾਬਰ ਕਰਕੇ ਜਾਣ ਲੈਂਦਾ ਦੁੱਖ ਨੂੰ ਤੇ ਸੁੱਖ ਨੂੰ। ਵੇਖੀਏ ਸਾਨੂੰ ਦੁੱਖ ਸੁੱਖ ਰੂਪ ਤੇ ਨਹੀਂ ਪ੍ਰਤੀਤ ਹੁੰਦਾ ਨਾ, ਦਾ ਸੁੱਖ ਦੁੱਖ ਰੂਪ ਤੇ ਨਹੀਂ ਪ੍ਰਤੀਤ ਹੁੰਦਾ ਨਾ। ਇਸੇ ਕਰਕੇ ਸਾਡਾ ਮਨ ਜਿਹੜਾ ਸਾਧ ਸੰਗਤ ਜੀ ਉਹ ਸੁੱਖਾਂ ਵੇਲੇ ਜਿਹੜਾ ਹੈ ਰਸਾਂ ਵਿੱਚ ਫਸਿਆ ਰਹਿੰਦਾ, ਦੁੱਖਾਂ ਵੇਲੇ ਬੜਾ ਜ਼ਿਆਦਾ ਬੇਚੈਨ ਪਰੇਸ਼ਾਨ ਤੇ ਰੋਂਦਾ ਰਹਿੰਦਾ ਹੈ। ਸਤਿਗੁਰੂ ਕਹਿੰਦੇ ਕੋਈ ਇੱਕ ਨਾਮ ਵਿੱਚ ਵਡਿਆਈ ਆ, ਗੁਰਸਿੱਖੋ ਨਾਮ ਜਪੋਗੇ ਤੇ ਦੁੱਖ ਸੁੱਖ ਦੇ ਅੰਦਰ ਬਿਰਤੀ ਸਮਾਨ ਹੋ ਜਾਵੇਗੀ, ਇੱਕ ਜੀ ਹੋ ਜਾਵੇਗੀ। ਦੁੱਖਾਂ ਦੇ ਅੰਦਰ ਕਦੇ ਮਨ ਨਹੀਂ ਡੋਲੇਗਾ, ਸੁੱਖਾਂ ਦੀ ਲਪਾਏ ਮਾਨਗੀ ਮੁੱਕ ਜਾਵੇਗੀ।
ਇਹ ਬ੍ਰਹਮ ਅਵਸਥਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਹਨੂੰ ਸਮ ਕਰ ਜਾਣਨੇ ਆ, ਫਿਰ ਸਮ ਕਰਕੇ ਜਾਣ ਲਓਗੇ, ਬਰਾਬਰ ਕਰਕੇ ਜਾਣ ਲਓਗੇ। ਇਹ ਦਾਤ ਮਹਾਰਾਜ ਕਹਿੰਦੇ ਭਾਈ ਨਾਮ ਨਾਲ ਪ੍ਰਾਪਤ ਹੋਵੇਗੀ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਇਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਪੂਰੇ ਗੁਰੂ ਜੀ ਦੀਆਂ ਦਾਤਾਂ ਦਾ ਜ਼ਿਕਰ ਕੀਤਾ ਹੈ ਅਤੇ ਜੇ ਲੈ ਨਹੀਂ ਪਾਉਂਦਾ ਜੀਵ ਤਾਂ ਉਹਦਾ ਕਾਰਨ ਮਹਾਰਾਜ ਦੱਸਿਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਦੇ ਅੱਗੇ ਅਰਦਾਸ ਜੋਦੜੀ ਕਰਕੇ ਮੰਗੀਏ। ਮਹਾਰਾਜ ਸਾਨੂੰ ਮੰਗਣਾ ਵੀ ਨਹੀਂ ਆਉਂਦਾ, ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਜਿਸ ਕਾਰਜ ਨਾਲ ਸਾਡਾ ਭਲਾ ਹੋਵੇ ਮਹਾਰਾਜ ਉਹ ਕਾਰਜ ਸਾਥੋਂ ਕਰਾਓ। ਮਹਾਰਾਜ ਹੋਰ ਸਾਰੇ ਰਸ ਕਸ ਵਿਸਰ ਜਾਣ, ਆਪਦੇ ਚਰਨਾਂ ਦਾ ਪਿਆਰ ਮਹਾਰਾਜ ਲੱਗ ਜਾਵੇ, ਸਾਡਾ ਵੀ ਜੀਵਨ ਸਫਲ ਹੋਵੇ, ਮਹਾਰਾਜ ਆਪਦੀ ਸੇਵਾ ਵਿੱਚ ਸਾਡੀ ਪ੍ਰੀਤ ਲੱਗੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸ਼ਬਦ ਅਤਾਰਾ, ਨਾਨਕ ਨਾਮ ਮਿਲੈ ਵਡਿਆਏ, ਦੁੱਖ ਸੁਖ ਸਮ ਕਰ ਜਾਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।